ਸਾਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ 21 ਅਪ੍ਰੈਲ ਹੈ ਦਿਨ ਬੁੱਧਵਾਰ ਹੈ ਅੱਜ ਦੇ ਦਿਨ ਦੀ ਸਭ ਤੋਂ ਅਹਿਮ ਅਪਡੇਟ ਤੁਹਾਨੂੰ ਦੱਸ ਦਿੰਨੇ ਆ ਕਿ ਚੰਡੀਗੜ੍ਹ ਅਤੇ ਸਾਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਅੱਜ ਲੌਕਡਾਊਨ ਹੈ ਪੰਜਾਬ ਦੇ ਵਿੱਚ ਕਰਫਿਊ ਦਾ ਜਿਹੜਾ ਸਮਾਂ ਵਧਾਇਆ ਸੀ ਉਹ ਕੱਲ ਰਾਤ ਤੋਂ ਲਾਗੂ ਹੋ ਚੁੱਕਿਆ ਹੈ ਚੰਡੀਗੜ੍ਹ ਤੇ ਮੋਹਾਲੀ ਦੇ ਵਿੱਚ RAM ਨੌਮੀ ਕਰਕੇ ਲੌਕਡਾਊਨ ਲਾਇਆ ਗਿਆ ਹੈ ਤਾਂ ਕਿ ਲੋਕ ਵੱਡੀ ਗਿਣਤੀ ਦੇ ਵਿੱਚ ਇੱਕ ਠੇ ਨਾ ਹੋ ਸਕਣ ਇਸ ਦੇ ਨਾਲ ਹੀ ਯੂਨੀਅਨ ਟੈਰੀਟਰੀ ਚੰਡੀਗੜ੍ਹ ਦੇ ਵਿੱਚ 7 ਦਿਨ ਦੇ ਲੋਕਡਾਊਨ ਲੱਗਣ ਦੇ ਅਸਾਰ ਨੇ ਹਾਲਾਂਕਿ ਅੱਜ ਦੇ ਲੋਕਡਾਊਨ ਦਰਮਿਆਨ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਨੇ ਜਿਹੜੀਆਂ ਉਹ ਖੁੱਲੀਆਂ ਰਹਿਣਗੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਕੋਵਿਡ ਦੇ ਦੌਰਾਨ ਮੁਲਕ ਨੂੰ ਸੰਬੋਧਨ ਕੀਤਾ ਮੋਦੀ ਨੇ ਸਾਰੇ ਸੂਬਿਆਂ ਨੂੰ ਕਿਹਾ ਹੈ ਕਿ ਲੋਕਡਾਊਨ ਲਾਉਣ ਬਾਰੇ ਆਖਰੀ ਫੈਸਲਾ ਜਿਹੜਾ ਉਹ ਬੜਾ ਹੀ ਸੋਚ ਸਮਝ ਕੇ ਲਿਆ ਜਾਵੇ ਕਿਉਂਕਿ ਲੋਕਡਾਊਨ ਸਾਡੇ ਲਈ ਆਖਰੀ ਰਾਹ ਹੋਣਾ ਚਾਹੀਦਾ ਹੈ ਪਹਿਲਾ ਰਾਹ ਨਹੀਂ ਹੋਣਾ ਚਾਹੀਦਾ ਲੋਕਡਾਊਨ ਤੋਂ ਬਿਨਾ ਸਾਨੂੰ ਕਰੋਨਾ ਦੇ ਨਾਲ ਵੜਨ ਦੀ ਲੋੜ ਹੈ ਆਕਸੀਜਨ ਸਿਲੰਡਰਾਂ ਦੀ ਘਾਟ ਤੇ ਵੀ ਚਿੰਤਾ ਪ੍ਰਗਟਾਈ ਹੈ ਨਰਿੰਦਰ ਮੋਦੀ ਨੇ ਪਰ ਇਸ ਦਾ ਕੋਈ ਸੋਲੂਸ਼ਨ ਨਹੀਂ ਦੱਸਿਆ ਗਿਆ ਉਹਨਾਂ ਨੇ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਵੀ ਸਮਰੱਥਾ ਵਧਾਉਣ ਦੇ ਲਈ ਕਿਹਾ ਹੈ ਤੇ ਇਹ ਵੀ ਦਾਵਾ ਕੀਤਾ ਕਿ ਸਰਕਾਰ ਤੁਹਾਡੀ ਪੂਰੀ ਸਹਾਇਤਾ ਕਰੇਗੀ ਤੁਸੀਂ ਟੀਕਾ ਜਿਹੜਾ ਉਹਦਾ ਉਤਪਾਦਨ ਵਧਾਓ ਕੋਰੋਨਾ ਕਰਕੇ UGC NET ਦੀ 2 ਤੋਂ 17 ਮਈ ਤੱਕ ਹੋਣ ਵਾਲੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ ICSE ਬੋਰਡ ਨੇ ਵੀ 10ਵੀਂ ਦੇ ਪੇਪਰ ਹੁਣ ਰੱਦ ਕਰ ਦਿੱਤੇ ਨੇ 12ਵੀਂ ਦੇ ਪੇਪਰਾਂ ਬਾਰੇ ਫੈਸਲਾ ਬਾਅਦ ਵਿੱਚ ਲਿਆ ਜਾਏਗਾ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਸਲਾਹ ਦਿੱਤੀ ਹੈ ਤੇ ਬਰਤਾਨੀਆ ਨੇ ਭਾਰਤ ਨੂੰ ਰੈੱਡ ਲਿਸਟ ਦੇ ਵਿੱਚ ਪਾ ਦਿੱਤਾ ਹੈ UP ਦੇ 5 ਸ਼ਹਿਰਾਂ ਦੇ ਵਿੱਚ ਲਾਕਡਾਊਨ ਦੇ ਹੁਕਮਾਂ ਦੇ ਉੱਤੇ ਸੁਪਰੀਮ ਕੋਰਟ ਨੇ ਰੋਕ ਲਾ ਦਿੱਤੀ ਹੈ ਹੁਕਮ UP ਹਾਈ ਕੋਰਟ ਨੇ ਦਿੱਤੇ ਸੀ ਇਸ ਦੇ ਨਾਲ ਹੀ ਯੂਪੀ ਸਰਕਾਰ ਨੇ ਪੂਰੇ ਸੂਬੇ ਦੇ ਵਿੱਚ ਵੀਕਐਂਡ ਤੇ 60 ਘੰਟੇ ਦੇ ਕਰਫਿਊ ਦਾ ਐਲਾਨ ਕਰ ਦਿੱਤਾ ਯਾਨੀ ਕਿ ਸ਼ਨੀਵਾਰ ਐਤਵਾਰ ਨੂੰ ਯੂਪੀ ਦੇ ਵਿੱਚ ਕਰਫਿਊ ਰਹੇਗਾ ਯੂਪੀ ਦੇ ਨੋਇਡਾ ਸ਼ਹਿਰ ਦੇ ਸੈਕਟਰ 18 ਸਥਿਤ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰੇ ਦੇ ਵੱਲੋਂ ਕਰੋਨਾ ਪੀੜਤਾਂ ਦੇ ਲਈ ਲੰਗਰ ਸੇਵਾ ਚਾਲੂ ਕੀਤੀ ਗਈ ਹੈ ਜਿਹੜੀ ਕਿ ਪਿਛਲੇ ਸਾਲ ਤੋਂ ਹੀ ਲਗਾਤਾਰ ਜਾਰੀ ਹੈ ਹਾਲਾਂਕਿ ਜਦੋਂ ਕਰੋਨਾ ਦਾ ਕਹਿਰ ਥੰਮ ਗਿਆ ਸੀ ਉਦੋਂ ਇਹ ਸੇਵਾ ਬੰਦ ਕਰ ਦਿੱਤੀ ਗਈ ਸੀ ਤੇ ਹੁਣ ਮੁੜ ਤੋਂ ਸ਼ੁਰੂ ਕੀਤੀ ਗਈ ਹੈ ਗੁਰੂ ਘਰ ਦੇ ਸੇਵਾਦਾਰਾਂ ਦੇ ਵੱਲੋਂ ਕੋਰੋਨਾ ਪੀੜਤ ਮਰੀਜ਼ਾਂ ਨੂੰ ਦਿਨ ਵਿੱਚ ਦੋ ਵਾਰੀ ਲੰਗਰ ਪਹੁੰਚਾਉਣ ਦੀ ਸੇਵਾ ਕੀਤੀ ਜਾ ਰਹੀ ਹੈ ਜਿਹੜੇ ਲੋਕ ਕਰੋਨਾ ਪੀੜਤ ਨੇ ਆਪਣੇ ਘਰਾਂ ਦੇ ਵਿੱਚ ਆਈਸੋਲੇਟ ਹੋਏ ਨੇ ਪਰ ਆਪਣਾ ਖਾਣਾ ਨਹੀਂ ਬਣਾ ਸਕਦੇ ਉਹਨਾਂ ਦੇ ਦਰਵਾਜ਼ੇ ਤੱਕ ਗੁਰੂ ਘਰ ਦੇ ਸੇਵਾਦਾਰਾਂ ਦੇ ਵੱਲੋਂ ਲੰਗਰ ਸੇਵਾ ਪਹੁੰਚਾਈ ਜਾ ਰਹੀ ਹੈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਕਿਹਾ ਇਲਜ਼ਾਮ ਲਾਇਆ ਹੈ ਕਿ ਮੋਦੀ ਨੇ ਕਰੋਨਾ ਵੈਕਸੀਨ ਤੋਹਫੇ ਦੇ ਵਿੱਚ ਵਿਦੇਸ਼ ਭੇਜ ਦਿੱਤੀ ਹੈ ਖੁੱਲੇ ਬਾਜ਼ਾਰ ਦੇ ਵਿੱਚ ਕਿੱਥੋਂ ਮਿਲੇਗੀ ਮਮਤਾ ਨੇ ਕਿਹਾ ਕਿ ਮਹਾਮਾਰੀ ਤੋਂ ਬਚਾ ਦੀ ਯੋਜਨਾ ਬਣਾਉਣ ਦੀ ਬਜਾਏ ਚੋਣਾਂ ਲੜਨ ਦੀ ਰਣਨੀਤੀ ਹੀ ਬਣਾਉਂਦੀ ਹੈ ਮੋਦੀ ਸਰਕਾਰ ਅਤੇ ਮਮਤਾ ਨੇ ਮੋਦੀ ਨੂੰ ਚਿੱਠੀ ਲਿਖ ਕੇ ਵੈਕਸੀਨ ਨੀਤੀ ਨੂੰ ਵੀ ਖੋਖਲਾ ਦੱਸਿਆ ਹੈ ਫਿਜ਼ਿਕਸ ਦੇ ਪ੍ਰੋਫੈਸਰ ਅਰਵਿੰਦ ਹੁਣ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹੋਣਗੇ ਇਸ ਸਬੰਧੀ ਫਾਈਲ ਮੁੱਖ ਮੰਤਰੀ ਵੱਲੋਂ ਰਾਜਪਾਲ ਨੂੰ ਭੇਜ ਦਿੱਤੀ ਗਈ ਹੈ ਪ੍ਰੋਫੈਸਰ ਬੀਐਸ ਕੋਮਨ ਦੇ ਅਸਤੀਫਾ ਦੇਣ ਤੋਂ ਬਾਅਦ ਕਈ ਮਹੀਨਿਆਂ ਤੋਂ ਯੂਨੀਵਰਸਿਟੀ ਬਿਨਾਂ ਰੈਗੂਲਰ ਵਾਈਸ ਚਾਂਸਲਰ ਦੇ ਹੀ ਚੱਲ ਰਹੀ ਸੀ ਦਿੱਲੀ ਦੇ ਵਿੱਚ ਇੱਕ ਹਫ਼ਤੇ ਦੇ ਲੋਕਡਾਊਨ ਤੋਂ ਬਾਅਦ ਪ੍ਰਵਾਸੀ ਕਾਮੇ ਆਪੋ ਆਪਣੇ ਪਿਤਰੀ ਸੂਬਿਆਂ ਨੂੰ ਮੁੜਨਾ ਸ਼ੁਰੂ ਹੋ ਗਏ ਨੇ ਦਿੱਲੀ ਦੇ ਵਿੱਚ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਲੋਕਡਾਊਨ ਲੱਗੇ ਹੋਣ ਦੇ ਬਾਵਜੂਦ ਵੀ ਖੱਜਾ ਖੱਜ ਭਰ ਗਏ ਨੇ ਇਸ ਦਰਮਿਆਨ ਤਿੰਨ ਮਜ਼ਦੂਰਾਂ ਦੀ ਮੌਤ ਵੀ ਹੋ ਗਈ ਹੈ ਹਾਦਸੇ ਦੇ ਵਿੱਚ ਬੱਸ ਲੈਣ ਦੀ ਕੋਸ਼ਿਸ਼ ਕਰ ਰਹੇ ਸੀ ਅਤੇ ਉਨ੍ਹਾਂ ਦੀ ਮੌਤ ਹੋ ਗਈ ਮਹਾਰਾਸ਼ਟਰ ਦੇ ਵਿੱਚ ਸਖਤ ਲੋਕਡਾਊਨ ਲਾਏ ਜਾਣ ਦੀ ਸੰਭਾਵਨਾ ਹੈ ਮਹਾਰਾਸ਼ਟਰ ਦੇ ਸਿਹਤ ਮੰਤਰੀ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਅੱਜ ਤੋਂ ਯਾਨੀ ਕਿ 21 ਅਪ੍ਰੈਲ ਤੋਂ ਮਹਾਰਾਸ਼ਟਰ ਦੇ ਵਿੱਚ ਲੋਕਡਾਊਨ ਲਾਇਆ ਜਾਣਾ ਚਾਹੀਦਾ ਹੈ ਹਾਲਾਂਕਿ ਮਹਾਰਾਸ਼ਟਰ ਦੇ ਵਿੱਚ ਸਾਰੇ ਜਿਹੜੇ ਸਕੂਲ ਨੇ ਉਹ ਵੀ ਬੰਦ ਕਰ ਦਿੱਤੇ ਗਏ ਨੇ ਅਤੇ 10ਵੀਂ ਦੀਆਂ ਪ੍ਰੀਖਿਆਵਾਂ ਵੀ ਸੂਬੇ ਦੇ ਸਕੂਲ ਬੋਰਡ ਨੇ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡੀਐਸਜੀਐਮਸੀ ਦੀਆਂ ਚੋਣਾਂ ਮੁਲਤਵੀ ਕਰਨ ਦੇ ਲਈ ਉਪ ਰਾਜਪਾਲ ਨੂੰ ਚਿੱਠੀ ਲਿਖੀ ਹੈ ਕਿ ਹੈ ਕਰੋਨਾ ਕਰਕੇ 25 ਅਪ੍ਰੈਲ ਨੂੰ ਚੋਣਾਂ ਨਹੀਂ ਕਰਵਾ ਸਕਦੇ 13 ਮਈ ਨੂੰ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਵੇ। ਮੈਟਰੋ ਦੇ ਕਈ ਦਾਖਲਾ ਗੇਟ ਆਰਜ਼ੀ ਤੌਰ ਤੇ ਬੰਦ ਕਰ ਦਿੱਤੇ ਗਏ ਨੇ ਝੰਡੇਵਾਲਾ ਆਰ ਕੇ ਆਸ਼ਰਮ ਮਾਰਗ ਕੜਕਰ ਡੂਮਾ ਪ੍ਰੀਤ ਵਿਹਾਰ ਨਿਰਮਾਣ ਵਿਹਾਰ ਸੁਪਰੀਮ ਕੋਰਟ ਆਨੰਦ ਵਿਹਾਰ ਆਈਐਸਬੀਟੀ ਤੇ ਵੈਸ਼ਾਲੀ ਮੈਟਰੋ ਸਟੇਸ਼ਨ ਦੇ ਗੇਟ ਬੰਦ ਕਰ ਦਿੱਤੇ ਗਏ ਨੇ ਹਾਲਾਂਕਿ ਸਟੇਸ਼ਨਾਂ ਦੇ ਬਾਹਰ ਨਿਕਲਣ ਵਾਲੇ ਗੇਟ ਖੁੱਲੇ ਰੱਖੇ ਗਏ ਨੇ ਰਾਜੀਵ ਚੌਂਕ ਐਮ ਜੀ ਰੋਡ ਨਵੀਂ ਦਿੱਲੀ ਤੇ ਚਾਂਦਨੀ ਚੌਂਕ ਮੈਟਰੋ ਉੱਤੇ ਦਾਖਲੇ ਤੇ ਪਾਬੰਦੀਆਂ ਲਾਗੂ ਨੇ ਮੈਟਰੋ ਨੂੰ ਲਾਕਡਾਊਨ ਦੌਰਾਨ ਘਟਾ ਕੇ ਚਲਾਇਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤੋਂ ਬਾਅਦ ਗ੍ਰਹਿ ਵਿਭਾਗ ਨੇ ਕੁੰਮਰ ਵਿਜੇ ਪ੍ਰਤਾਪ ਦੀ ਅਗਾਊਂ ਸੇਵਾ ਮੁਕਤੀ ਦੇ ਹੁਕਮ ਜਾਰੀ ਕਰ ਦਿੱਤੇ ਨੇ ਯਾਨੀ ਕਿ ਕੁੰਮਰ ਵਿਜੇ ਪ੍ਰਤਾਪ ਸਿੰਘ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਇਸ ਦੇ ਦਰਮਿਆਨ ਕੁੰਮਰ ਵਿਜੇ ਪ੍ਰਤਾਪ ਸਿੰਘ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਖੁਲਾਸੇ ਕਰ ਰਹੇ ਨੇ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕੰਢ ਦੀ ਜਾਂਚ ਨਾਲ ਜੁੜੇ ਹੋਏ ਤੇ ਕੁੰਮਰ ਵਿਜੇ ਪ੍ਰਤਾਪ ਸਿੰਘ ਨੇ ਏਜੀ ਅਤਲ ਨੰਦਾ ਤੇ ਨਿਸ਼ਾਨਾ ਸੇਧਿਆ ਹੈ ਅੰਮ੍ਰਿਤਸਰ ਦੇ ਸ਼ਿਗੁਰ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਅੰਮ੍ਰਿਤਸਰ ਤੋਂ ਟੋਰਾਂਟੋ ਵਾਲੀ ਸਿੱਧੀ ਉਡਾਣ ਨੂੰ ਵਾਇਆ ਦੁਬਈ ਲਿਜਾਣ ਤੇ ਯਾਤਰੀ ਭੜਕ ਗਏ ਹਵਾਈ ਅੱਡੇ 'ਚੋਂ ਧੱਕੇ ਮਾਰ-ਮਾਰ ਕੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ। ਪੀੜਤਾਂ ਨੇ ਹਵਾਈ ਅੱਡੇ ਤੇ ਹੀ ਧਰਨਾ ਲਾ ਦਿੱਤਾ ਜਿਸ ਦਰਮਿਆਨ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਮੌਕੇ ਤੇ ਪਹੁੰਚਣਾ ਪਿਆ ਅਤੇ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੇ ਲਈ ਕਿਹਾ ਪੰਜਾਬ ਦੇ ਵਿੱਚ ਪਟਵਾਰੀ ਅਤੇ ਜ਼ਿਲੇਦਾਰ ਦੀਆਂ ਅਸਾਮੀਆਂ ਦੇ ਲਈ ਜਿਹੜੀ ਪ੍ਰੀਖਿਆ 2 ਮਈ ਨੂੰ ਹੋਣੀ ਸੀ ਉਸ ਨੂੰ ਵੀ ਹੁਣ ਟਾਲ ਦਿੱਤਾ ਗਿਆ ਹੈ ਅੱਗੇ ਕੋਈ ਤਾਰੀਖ ਹੈ ਜਿਹੜੀ ਮੋੜ ਤੋਂ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਜਾਵੇਗੀ ਮੋੜ ਦਿੱਲੀ ਚੱਲੋ ਦੇ ਸੁਨੇਹੇ ਤਹਿਤ ਕਿਸਾਨਾਂ ਦੇ ਕਾਫਲੇ ਦਿੱਲੀ ਨੂੰ ਰਵਾਨਾ ਹੋਣੇ ਸ਼ੁਰੂ ਹੋ ਗਏ ਨੇ ਇਸੇ ਦਰਮਿਆਨ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਕਰੋਨਾ ਕਰਕੇ ਮੈਨੂੰ ਕਿਸਾਨਾਂ ਦੀ ਬਹੁਤ ਚਿੰਤਾ ਹੈ ਤੇ ਹਰਿਆਣਾ ਵਾਸੀਆਂ ਦੀ ਚਿੰਤਾ ਹੈ ਇਸ ਕਰਕੇ ਅਸੀਂ ਸਰਹੱਦਾਂ ਦੇ ਉੱਤੇ ਜਿਹੜੇ ਬੈਠੇ ਕਿਸਾਨ ਨੇ ਉਹਨਾਂ ਸਾਰਿਆਂ ਦਾ ਕਰੋਨਾ ਟੈਸਟ ਕਰਵਾ ਵਾਵਾਂਗੇ ਅਤੇ ਉਹਨਾਂ ਦੇ ਕਰੋਨਾ ਦੇ ਟੀਕੇ ਵੀ ਲਗਵਾਵਾਂਗੇ ਤੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਕਹਿੰਦੇ ਨੇ ਕਿ ਸਰਕਾਰ ਕਰੋਨਾ ਦੇ ਨਾਂ ਤੇ ਸਾਡੇ ਧਰਨੇ ਖਤਮ ਕਰਨ ਦੀ ਸਾਡਾ ਸੰਘਰਸ਼ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਸੀਂ ਇੱਥੋਂ ਆਪਣੇ ਹੱਕ ਲੈੇ ਤੋਂ ਬਿਨਾਂ ਨਹੀਂ ਉਠਾਂਗੇ ਕੱਲ ਗਾਜ਼ੀਪੁਰ ਬਾਰਡਰ ਤੇ ਬੈਠੇ ਕਿਸਾਨਾਂ ਨੇ ਫੂਡ ਪੈਕੇਟ ਤਿਆਰ ਕੀਤੇ ਨੇ ਜੋ ਕਿ ਦਿੱਲੀ ਦੇ ਵੱਖ-ਵੱਖ ਬੱਸ ਸਟੇਸ਼ਨਾਂ ਤੇ ਰੇਲਵੇ ਸਟੇਸ਼ਨਾਂ ਤੇ ਵੰਡੇ ਜਾ ਰਹੇ ਨੇ ਕੱਲ ਹਜ਼ਾਰਾਂ ਪੈਕੇਟ ਆਨੰਦ ਵਿਹਾਰ ਬੱਸ ਅੱਡੇ ਤੇ ਵੀ ਵੰਡੇ ਗਏ ਕਿਉਂਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਕਾਮੇ ਆਪਣੇ ਸੂਬਿਆਂ ਨੂੰ ਜਾਣ ਲਈ ਇਕੱਠੇ ਹੋ ਰਹੇ ਨੇ ਕਿਸਾਨਾਂ ਦੇ ਖਿਲਾਫ ਇੱਕ ਹੋਰ ਸਾਜ਼ਿਸ਼ ਸ਼ੁਰੂ ਹੋ ਗਈ ਹੈ ਕਿਸਾਨਾਂ ਨੇ ਇਸ ਦੀ ਜਾਣਕਾਰੀ ਟਵਿੱਟਰ ਰਾਹੀਂ ਦਿੱਤੀ ਹੈ ਕਿਸਾਨ ਏਕਤਾ ਮੋਰਚਾ ਨੇ ਲਿਖਿਆ ਹੈ ਕਿ ਕਿਸਾਨਾਂ ਦੇ ਜਿੱਥੇ ਵੀ ਧਰਨੇ ਲੱਗੇ ਹੋਏ ਨੇ ਇੱਕ ਵੀ ਧਰਨੇ ਤੇ ਅੱਜ ਤੱਕ ਇੱਕ ਸਿੰਗਲ ਐਂਬੂਲੈਂਸ ਵੀ ਨਹੀਂ ਰੋਕੀ ਗਈ ਤੇ ਨਾ ਹੀ ਜ਼ਰੂਰੀ ਵਸਤੂਆਂ ਵਾਲਾ ਸਮਾਨ ਰੋਕਿਆ ਗਿਆ ਹੈ ਪਰ ਇੱਕ ਪ੍ਰੋਪਾਗੈਂਡਾ ਚਲਾਇਆ ਜਾ ਰਿਹਾ ਹੈ ਕਿ ਕਿਸਾਨ ਨੇ ਜਿਹੜੇ ਉਹ ਸੜਕਾਂ ਬਲੌਕ ਕਰਕੇ ਬੈਠੇ ਨੇ ਅਤੇ ਦਿੱਲੀ ਨੂੰ ਆਕਸੀਜਨ ਨਹੀਂ ਜਾਣ ਦੇ ਰਹੇ ਉਹਨਾਂ ਨੇ ਕਿਹਾ ਕਿ ਇਹ ਸਿਰਫ ਤੇ ਸਿਰਫ ਝੂਠੀ ਖਬਰ ਹੈ ਤੇ ਅਸੀਂ ਆਪਣੇ ਹੱਕਾਂ ਦੇ ਲਈ ਪ੍ਰੋਟੈਸਟ ਕਰ ਰਹੇ ਹਾਂ ਪਰ ਅਸੀਂ ਕੋਵਿਡ ਦੇ ਮਰੀਜ਼ਾਂ ਨੂੰ ਬਿਲਕੁਲ ਵੀ ਤੰਗ ਪਰੇਸ਼ਾਨ ਨਹੀਂ ਕਰ ਰਹੇ #LayarBJPGovernment ਕਰਕੇ ਜਿਹੜਾ ਟਵਿੱਟਰ ਟਵਿੱਟਰ ਦੇ ਉੱਤੇ ਇਹ ਜਿਹੜੀ ਲਗਾਤਾਰ ਮੁਹਿੰਮ ਹੈ ਕਿਸਾਨਾਂ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ ਬੁਲੇਟਨ ਦੇ ਵਿੱਚ ਸਭ ਤੋਂ ਪਹਿਲਾਂ ਕਰੋਨਾ ਦੇ ਕਰਕੇ ਦੇਸ਼ ਦੁਨੀਆ ਤੋਂ ਜਿਹੜੀਆਂ ਅਪਡੇਟਸ ਨੇ ਉਹ ਤੁਹਾਨੂੰ ਦੱਸ ਦਿੰਦੇ ਆ ਆਈਸੀਐਸਸੀ ਬੋਰਡ ਨੇ 10ਵੀਂ ਜਮਾਤ ਦੇ ਪੱਕੇ ਪੇਪਰ ਹੁਣ ਰੱਦ ਕਰ ਦਿੱਤੇ ਨੇ ਇੱਕ ਦਿਨ ਪਹਿਲਾਂ ਆਈਸੀਐਸਸੀ ਬੋਰਡ ਨੇ 10ਵੀਂ ਤੇ 12ਵੀਂ ਦੇ ਪੇਪਰ ਮੁਲਤਵੀ ਕੀਤੇ ਜਾਣ ਦਾ ਐਲਾਨ ਕੀਤਾ ਸੀ ਪਰ ਹੁਣ 10ਵੀਂ ਦੇ ਰੱਦ ਕਰ ਦਿੱਤੇ ਗਏ ਨੇ 12ਵੀਂ ਦੇ ਪੇਪਰ ਆਫਲਾਈਨ ਹੀ ਲਏ ਜਾਣਗੇ ਪਰ ਫੈਸਲਾਬਾਦ ਦੇ ਵਿੱਚ ਲਿਆ ਜਾਏਗਾ ਹਾਲਾਂਕਿ 12ਵੀਂ ਜਮਾਤ ਦੇ ਜਿੰਨੇ ਵੀ ਬੋਰਡਾਂ ਦੇ ਵਿਦਿਆਰਥੀ ਨੇ ਉਹਨਾਂ ਵਿੱਚੋਂ ਕੁਝ ਇੱਕ ਪਰਸੈਂਟੇਜ ਹੈ ਅਜਿਹੇ ਵਿਦਿਆਰਥੀਆਂ ਦੀ ਜਿਹੜੇ ਕਹਿ ਰਹੇ ਨੇ ਕਿ ਜੇ 10ਵੀਂ ਦੇ ਰੱਦ ਕੀਤੀ ਨਹੀਂ ਤਾਂ 12ਵੀਂ ਦੇ ਵੀ ਪੇਪਰ ਰੱਦ ਕਰੋ ਕਿ ਅਸੀਂ ਵਿਦਿਆਰਥੀ ਨਹੀਂ ਹਾਂ ਸੋ ਹਰ ਕਿਸੇ ਦੀ ਆਪਣੀ ਆਪਣੀ ਸੋਚ ਹੈ ਆਪਣਾ ਆਪਣਾ ਨਜ਼ਰੀਆ ਹੈ ਪਰ ਜਿਹੜੇ ਵਿਦਿਆਰਥੀ ਟਾਪਰ ਹੁੰਦੇ ਨੇ ਉਹ ਚਾਹੁੰਦੇ ਨੇ ਕਿ ਉਹਨਾਂ ਦੇ ਪੇਪਰ ਹੋਣ ਉਹ ਨਹੀਂ ਚਾਹੁੰਦੇ ਕਿ ਬਿਨਾ ਪੇਪਰਾਂ ਤੋਂ ਉਹਨਾਂ ਨੂੰ ਪਾਸ ਐਲਾਨ ਦਿੱਤਾ ਜਾਵੇ ਅਗਲੀ ਖਬਰ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਿਰਫ ਇੱਕ ਦਿਨ ਦਾ ਹੀ ਟੀਕਾ ਬਚਿਆ ਹੈ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਦੋ ਤਿੰਨ ਦਿਨਾਂ ਦੀ ਡੋਜ਼ ਬਚੀ ਹੈ ਤੇ ਇਸ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਤੋਂ ਕਰੋਨਾ ਦੇ ਟੀਕੇ ਦੀ ਵੀ ਮੰਗ ਕੀਤੀ ਹੈ ਅਤੇ ਸੂਬੇ ਦੇ ਵਿੱਚ ਦੋ ਆਕਸੀਜਨ ਪਲਾਂਟਾਂ ਨੂੰ ਮਨਜ਼ੂਰੀ ਦੇਣ ਦੀ ਵੀ ਮੰਗ ਕੀਤੀ ਹੈ ਕਿਉਂਕਿ ਸੂਬੇ ਦੇ ਵਿੱਚ ਆਕਸੀਜਨ ਦੀ ਕਮੀ ਵੀ ਪਾਈ ਜਾ ਰਹੀ ਹੈ। ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਸਰਹੱਦਾਂ ਤੋਂ ਉਠਾਉਣ ਦਾ ਇੱਕ ਹੋਰ ਨਵਾਂ ਤਰੀਕਾ ਲੱਭ ਲਿਆ ਹੈ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵੇਜ ਜਿਹੜੇ ਕਿ ਸਿਹਤ ਮੰਤਰੀ ਵੀ ਹੈਗੇ ਨੇ ਅਨਿਲ ਵੇਜ ਨੇ ਕਿਹਾ ਕਿ ਕਰੋਨਾ ਨੂੰ ਲੈ ਕੇ ਮੈਂ ਕਾਫੀ ਚਿੰਤਿਤ ਹਾਂ। ਮੇਰਾ ਫਰਜ਼ ਹੈ ਕਿ ਸਾਰੇ ਹਰਿਆਣਾ ਵਾਸੀਆਂ ਦੀ ਸਿਹਤ ਦਾ ਮੈਂ ਧਿਆਨ ਰੱਖਾਂ। ਹਰਿਆਣਾ ਵਾਸੀਆਂ ਦੀ ਸਿਹਤ ਨੂੰ ਅਸੀਂ ਸਭ ਤੋਂ ਪਹਿਲੇ ਨੰਬਰ ਤੇ ਤਵੱਜੋ ਦਿੰਦੇ ਹਾਂ। ਗ੍ਰਹਿ ਮੰਤਰੀ ਨੇ ਕਿਹਾ ਕਿ ਅਸੀਂ ਇਹ ਫੈਸਲਾ ਲਿਆ ਹੈ ਕਿ ਜਿਹੜੇ ਵੀ ਦਿੱਲੀ ਹਰਿਆਣਾ ਦੀ ਸਰਹੱਦ ਤੇ ਕਿਸਾਨ ਬੈਠੇ ਨੇ ਕਿਉਂਕਿ ਉਹ ਸਾਰੇ ਹਰਿਆਣਾ ਵਾਲੇ ਪਾਸੇ ਆਉਂਦੇ ਨੇ ਤੇ ਅਸੀਂ ਉਹਨਾਂ ਸਾਰੇ ਕਿਸਾਨਾਂ ਦਾ ਕਰੋਨਾ ਟੈਸਟ ਕਰਵਾਈਏ ਇਹ ਕਹਿਣਾ ਹੈ ਅਨਿਲ ਵਿਜ ਦਾ ਉਹਨਾਂ ਨੇ ਟਵੀਟ ਕਰਕੇ ਇਹ ਜਿਹੜਾ ਜਾਣਕਾਰੀ ਹੈ ਉਹ ਦਿੱਤੀ ਹੈ ਅਨਿਲ ਵਿੱਚ ਨੇ ਕਿਹਾ ਕਿ ਸੂਬੇ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਵਿੱਚ ਕਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਨੇ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਹਰਿਆਣਾ ਦੀਆਂ ਸਰਹੱਦਾਂ ਦੇ ਉੱਤੇ ਬੈਠੇ ਨੇ ਤੇ ਇਸੇ ਦਰਮਿਆਨ ਜੇ ਗੱਲ ਕਰ ਲਈਏ ਕਿਸਾਨਾਂ ਦੀ ਤਾਂ ਕਿਸਾਨ ਕਿਸੇ ਵੀ ਹਾਲਤ ਦੇ ਵਿੱਚ ਉੱਥੋਂ ਉੱਠਣ ਦੇ ਲਈ ਤਿਆਰ ਨਹੀਂ ਹਨ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਬਹਾਦਰਗੜ ਟਿਕਰੀ ਬਾਰਡਰ ਤੇ ਕੁਝ ਸਮਾਂ ਪਹਿਲਾਂ ਵੀ ਕਿਹਾ ਹੈ ਕਿ ਸਰਕਾਰ ਕਰੋਨਾ ਦਾ ਬਹਾਨਾ ਬਣਾ ਕੇ ਸਾਨੂੰ ਦਿੱਲੀ ਦੀਆਂ ਹੱਦਾਂ ਤੋਂ ਹਟਾਉਣਾ ਚਾਹੁੰਦੀ ਹੈ ਪਰ ਅਸੀਂ ਇੱਥੇ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਜੁੜਾਂਗੇ ਹਾਲਾਂਕਿ ਅਸੀਂ ਕਰੋਨਾ ਤੋਂ ਬਚਾ ਲਈ ਸਾਰੇ ਪ੍ਰਬੰਧ ਵੀ ਕਰ ਰਹੇ ਹਾਂ ਚੜੂਨੀ ਨੇ ਖਦਸ਼ਾ ਵੀ ਜ਼ਾਹਿਰ ਕੀਤਾ ਹੈ ਕਿ ਸਰਕਾਰ ਅੰਦੋਲਨ ਨੂੰ ਕਰੋਨਾ ਦਾ ਬਹਾਨਾ ਬਣਾ ਕੇ ਖਤਮ ਕਰਨਾ ਚਾਹੁੰਦੀ ਹੈ ਪੂਰੀ ਦੁਨੀਆ ਵਿੱਚ ਇਸ ਪੂਰੀ ਦੁਨੀਆ ਇਸ ਅੰਦੋਲਨ ਦਾ ਗਵਾਹ ਬਣ ਚੁੱਕੀ ਹੈ ਤੇ ਅਸੀਂ ਬਿਨਾ ਪ੍ਰਬੰਧ ਬਦਲੇ ਆਪਣੀ ਥਾਂ ਤੋਂ ਨਹੀਂ ਹਿੱਲਾਂਗੇ ਯਾਨੀ ਕਿ ਬਿਨਾ ਅਸੀਂ ਜਿਹੜੇ ਤਿੰਨੇ ਖੇਤੀ ਕਾਨੂੰਨ ਨੇ ਉਹਨਾਂ ਨੂੰ ਰੱਦ ਕਰਵਾਏ ਤੋਂ ਇਸ ਥਾਂ ਤੋਂ ਨਹੀਂ ਹਟਾਂਗੇ ਸੋ ਹਰਿਆਣਾ ਸਰਕਾਰ ਨੇ ਇੱਕ ਨਵਾਂ ਪੈੰਤਰਾ ਜਿਹੜਾ ਉਹ ਲੈਣ ਦੀ ਕੋਸ਼ਿਸ਼ ਕੀਤੀ ਹੈ ਕਰੋਨਾ ਦੇ ਦੌਰ ਦੇ ਵਿੱਚ ਪਰ ਲੱਗਦਾ ਨਹੀਂ ਹੈ ਕਿ ਕਿਸਾਨ ਉੱਥੋਂ ਇੱਕ ਵੀ ਕਰੋਨਾ ਦੇ ਨਾਮ ਤੇ ਉੱਠੇਗਾ ਜਾਂ ਫਿਰ ਜਿਵੇਂ ਸਰਕਾਰ ਕਹਿ ਰਹੀ ਹੈ ਕਿ ਸਾਰੇ ਕਿਸਾਨਾਂ ਦੇ ਕਰੋਨਾ ਟੈਸਟ ਕਰਵਾਵਾਂਗੇ ਹੋ ਸਕਦਾ ਕਿਸਾਨ ਟੈਸਟ ਕਰਵਾਉਣ ਦੇ ਲਈ ਰਾਜ਼ੀ ਹੋ ਜਾਣ ਕਿਉਂਕਿ ਹੁਣ ਤੱਕ ਜਿੰਨੀਆਂ ਵੀ 375 ਤੋਂ ਵੱਧ ਮੌਤਾਂ ਕਿਸਾਨਾਂ ਦੀਆਂ ਹੋ ਚੁੱਕੀਆਂ ਨੇ ਇੱਕ ਵੀ ਮੌਤ ਕਰੋਨਾ ਵਾਇਰਸ ਦੀ ਮਹਾਮਾਰੀ ਕਰਕੇ ਨਹੀਂ ਹੋਈ ਹੈ ਸੋ ਦੇਖਣਾ ਹੋਏਗਾ ਗ੍ਰਹਿ ਮੰਤਰੀ ਦੇ ਇਸ ਐਲਾਨ ਦਾ ਇਸ ਬਿਆਨ ਦਾ ਕਿਸਾਨ ਕੀ ਜਵਾਬ ਦਿੰਦੇ ਨੇ ਬਰਤਾਨੀਆ ਤੋਂ ਬਾਅਦ ਅਮਰੀਕਾ ਨੇ ਵੀ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਸਲਾਹ ਦਿੱਤੀ ਹੈ ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਇੱਕ ਐਡਵਾਈਜ਼ਰੀ ਜਿਹੜੀ ਉਹ ਜਾਰੀ ਕੀਤੀ ਹੈ ਦਿਸ਼ਾ ਨਿਰਦੇਸ਼ਾਂ ਜਾਰੀ ਕਰਦੇ ਆ ਆਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ ਤੇ ਨਾਲ ਹੀ ਇਹ ਵੀ ਕਿਹਾ ਕਿ ਜਿਨ੍ਹਾਂ ਨੂੰ ਕਰੋਨਾ ਦੇ ਟੀਕੇ ਵੀ ਲੱਗ ਚੁੱਕੇ ਨੇ ਉਹ ਵੀ ਭਾਰਤ ਦੀ ਯਾਤਰਾ ਕਰਨ ਤੋਂ ਬਚਣ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਨੇ ਐਡਵਾਈਜ਼ਰੀ ਜਿਹੜੀ ਜਾਰੀ ਕੀਤੀ ਹੈ ਉਸ ਦੇ ਮੁਤਾਬਿਕ ਯਾਤਰੀਆਂ ਨੂੰ ਭਾਰਤ ਦੀ ਕਿਸੇ ਵੀ ਤਰ੍ਹਾਂ ਦੀ ਯਾਤਰਾ ਤੋਂ ਬਚਣਾ ਚਾਹੀਦਾ ਹੈ ਭਾਰਤ ਵਿੱਚ ਕੋਵਿਡ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹਾਂ ਵੈਕਸੀਨ ਦੀ ਪੂਰੀ ਡੋਜ਼ ਲੈ ਚੁੱਕੇ ਲੋਕਾਂ ਨੂੰ ਵੀ ਕੋਵਿਡ ਵੇਰੀਐਂਟ ਤੋਂ ਖਤਰਾ ਹੈ ਉਹ ਲਾਗ ਫੈਲਾ ਸਕਦੇ ਹਨ ਇਸ ਲਈ ਭਾਰਤ ਜਾਣ ਤੋਂ ਬਚੋ ਜੇਕਰ ਤੁਹਾਡਾ ਭਾਰਤ ਜਾਣਾ ਬਹੁਤ ਜ਼ਰੂਰੀ ਹੈ ਤਾਂ ਪਹਿਲਾਂ ਵੈਕਸੀਨ ਦੀ ਪੂਰੀ ਡੋਜ਼ ਲਓ ਯਾਨੀ ਕਿ ਜਿਵੇਂ ਦੋ ਡੋਜ਼ੇ ਲੈਣੀਆਂ ਹੁੰਦੀਆਂ ਨੇ ਉਹਨਾਂ ਨੂੰ ਪੂਰਾ ਲਓ ਮਾਸਕ ਪਾ ਕੇ ਰੱਖੋ ਭੀੜ-ਪਾੜ ਤੋਂ ਬਚੋ 6 ਫੁੱਟ ਦੀ ਦੂਰੀ ਰੱਖੋ ਹੱਥਾਂ ਨੂੰ ਧੋਦੇ ਰਹੋ ਇਸ ਤੋਂ ਪਹਿਲਾਂ ਸੋਮਵਾਰ ਨੂੰ ਯਾਨੀ ਇੱਕ ਦਿਨ ਪਹਿਲਾਂ ਹੀ 19 ਤਰੀਕ ਨੂੰ ਬਰਤਾਨੀਆਂ ਦੇ ਵੱਲੋਂ ਵੀ ਅਜਿਹੀ ਪਾਬੰਦੀ ਲਾਈ ਗਈ ਹੈ ਬਰਤਾਨੀਆਂ ਵਿੱਚ ਰਹਿੰਦੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਸਲਾਹ ਹੈ ਜਿਹੜੀ ਉਹ ਦਿੱਤੀ ਗਈ ਹੈ ਬਰਤਾਨੀਆਂ ਦੇ ਵਿੱਚ ਨਵੇਂ ਨਿਯਮਾਂ ਦੇ ਮੁਤਾਬਿਕ ਕੇਵਲ ਬ੍ਰਿਟਿਸ਼ ਤੇ ਆਇਰਿਸ਼ ਲੋਕ ਹੀ ਭਾਰਤ ਤੋਂ ਬਰਤਾਨੀਆਂ ਦੇ ਵਿੱਚ ਦਾਖਲ ਹੋ ਸਕਦੇ ਨੇ ਹੋਰ ਕੋਈ ਨਹੀਂ ਹੋ ਸਕਦਾ ਉੱਤਰ ਪ੍ਰਦੇਸ਼ ਦੇ ਵਿੱਚ ਹਾਈ ਕੋਰਟ ਨੇ ਜਿਹੜਾ 5 ਸ਼ਹਿਰਾਂ ਦੇ ਵਿੱਚ ਲੋਕਡਾਊਨ ਲਾਉਣ ਦਾ ਫੈਸਲਾ ਸੁਣਾਇਆ ਸੀ ਉਸ ਫੈਸਲੇ ਤੇ ਸੁਪਰੀਮ ਕੋਰਟ ਨੇ ਰੋਕ ਲਾ ਦਿੱਤੀ ਹੈ ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਉੱਤਰ ਪ੍ਰਦੇਸ਼ ਸਰਕਾਰ ਦੀ ਪਟੀਸ਼ਨ ਤੇ ਜਲਦ ਸੁਣਵਾਈ ਕੀਤੀ ਜਾਵੇ ਸਰਵਉੱਚ ਅਦਾਲਤ ਦੇ ਮੁੱਖ ਜੱਜ ਐਸ ਏ ਬੋਬੜੇ ਦੀ ਅਗਵਾਈ ਵਾਲੇ ਬੈਂਚ ਨੇ ਇਸ ਪਟੀਸ਼ਨ ਤੇ ਸੁਣਵਾਈ ਕਰਨ ਦੀ ਸਹਿਮਤੀ ਦਿੱਤੀ ਇਸ ਤੋਂ ਪਹਿਲਾਂ ਹਾਈ ਕੋਰਟ ਨੇ ਸਰਕਾਰ ਨੂੰ ਪੰਜ ਸ਼ਹਿਰਾਂ ਦੇ ਵਿੱਚ ਸ਼ਾਪਿੰਗ ਮਾਲ ਤੇ ਹੋਟਲ 26 ਅਪ੍ਰੈਲ ਤੱਕ ਬੰਦ ਕਰਨ ਦੇ ਹੁਕਮ ਦਿੱਤੇ ਸੀ ਇਹ ਪੰਜ ਸ਼ਹਿਰ ਅਲਾਹਾਬਾਦ ਕਾਨਪੁਰ ਲਖਨਊ ਵਾਰਾਨਸੀ ਤੇ ਗੋਰਖਪੁਰ ਹਨ ਪਰ ਇਸ ਪਾਬੰਦੀ ਨੂੰ ਸੁਪਰੀਮ ਕੋਰਟ ਨੇ ਰੋਕ ਦਿੱਤਾ ਹੈ ਹਾਲਾਂਕਿ ਉੱਤਰ ਪ੍ਰਦੇਸ਼ ਦੀ ਯੋਗੀ ਅਦਿੱਤਿਆਨਾਥ ਸਰਕਾਰ ਦੇ ਵੱਲੋਂ ਸ਼ਨੀਵਾਰ ਤੇ ਐਤਵਾਰ ਦਾ ਲਾਕਡਾਊਨ ਲਾ ਦਿੱਤਾ ਗਿਆ ਯਾਨੀ ਕਿ ਯੂਪੀ ਦੇ ਵਿੱਚ ਵੀ ਵੀਕਐਂਡ ਲਾਕਡਾਊਨ ਲਾਉਣ ਦਾ ਹੁਕਮ ਸੁਣਾ ਦਿੱਤਾ ਗਿਆ ਹੈ ਤਾਲਾਬੰਦੀ ਸ਼ੁੱਕਰਵਾਰ ਸ਼ਾਮ 8 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 7 ਵਜੇ ਤੱਕ ਲੱਗੀ ਰਹੇਗੀ ਜ਼ਰੂਰੀ ਚੀਜ਼ਾਂ ਜਾਂ ਥਾਵਾਂ ਨੂੰ ਖੁੱਲੇ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ ਇਹ ਚਲਦੀਆਂ ਰਹਿਣਗੀਆਂ ਇਹ ਸੇਵਾਵਾਂ ਬੰਦ ਨਹੀਂ ਹੋਣਗੀਆਂ ਯੋਗੀ ਅਦਿੱਤਿਆਨਾਥ ਨੇ ਗ੍ਰਹਿ ਵਿਭਾਗ ਤੇ ਟ੍ਰਾਂਸਪੋਰਟ ਵਿਭਾਗ ਨੂੰ ਮਹਾਰਾਸ਼ਟਰ ਤੇ ਨਵੀਂ ਦਿੱਲੀ ਤੋਂ ਪਰਤੇ ਪ੍ਰਵਾਸ ਦੀ ਮਜ਼ਦੂਰਾਂ ਨੂੰ ਸੁਰੱਖਿਅਤ ਉਹਨਾਂ ਦੇ ਘਰਾਂ ਵਿੱਚ ਪਹੁੰਚਾਉਣ ਦੇ ਸਖਤ ਹੁਕਮ ਦਿੱਤੇ ਨੇ ਕਿਉਂਕਿ ਉੱਤਰ ਪ੍ਰਦੇਸ਼ ਤੇ ਬਿਹਾਰ ਭਾਰਤ ਦੇ ਦੋ ਸੂਬੇ ਨੇ ਜਿੱਥੇ ਮਜ਼ਦੂਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਇਹਨਾਂ ਸੂਬਿਆਂ ਦੇ ਆਰਥਿਕ ਹਾਲਾਤ ਠੀਕ ਨਹੀਂ ਹਨ ਸੋ ਇੱਥੋਂ ਮਜ਼ਦੂਰ ਨੇ ਜਿਹੜੇ ਉਹ ਮਜ਼ਦੂਰੀ ਕਰਨ ਦੇ ਲਈ ਆਪਣੇ ਜਿਹੜੇ ਗੁਆਂਡੀ ਸੂਬੇ ਨੇ ਉਹਨਾਂ ਦੇ ਵਿੱਚ ਜਾਂਦੇ ਨੇ ਪੰਜਾਬ ਦਿੱਲੀ ਦੇ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਮਜ਼ਦੂਰ ਹੁੰਦੇ ਨੇ ਸੋ ਯੋਗਿਆ ਦਿਤੇਨਾਥ ਨੇ ਕਹਿ ਦਿੱਤਾ ਕਿ ਜਿਹੜੇ ਮਜ਼ਦੂਰ ਵਾਪਸ ਆ ਰਹੇ ਨੇ ਗੁਆਂਡੀ ਸੂਬਿਆਂ ਤੋਂ ਉਹਨਾਂ ਦੀ ਸੁਰੱਖਿਆ ਦੇ ਹਰ ਪ੍ਰਬੰਧ ਕੀਤੇ ਜਾਣ ਇਸ ਦੇ ਨਾਲ ਹੀ ਦਿੱਲੀ ਰਾਜਸਥਾਨ ਤੇ ਪੰਜਾਬ ਤੋਂ ਬਾਅਦ ਤੇਲੰਗਾਨਾ ਸਰਕਾਰ ਨੇ ਵੀ ਰਾਤ ਦੇ ਕਰਫਿਊ ਦਾ ਐਲਾਨ ਕਰ ਦਿੱਤਾ ਹੈ ਕਰਫਿਊ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ ਸਰਕਾਰ ਦੇ ਹੁਕਮਾਂ ਮੁਤਾਬਿਕ 30 ਅਪ੍ਰੈਲ ਤੱਕ ਇਹ ਜਾਰੀ ਰਹੇਗਾ ਇਸ ਦੌਰਾਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੋਟਲ ਰੈਸਟੋਰੈਂਟ ਦਫ਼ਤਰ ਦੁਕਾਨਾਂ 8 ਵਜੇ ਤੱਕ ਬੰਦ ਹੋ ਜਾਣਗੀਆਂ ਸਿਰਫ ਹਸਪਤਾਲਾਂ ਦਵਾਈਆਂ ਤੇ ਲੈਬਾਰਟਰੀਆਂ ਨੂੰ ਖੋਲਣ ਦੀ ਇਜਾਜ਼ਤ ਦਿੱਤੀ ਗਈ ਹੈ ਘਰਾਂ ਦੀਆਂ ਜ਼ਰੂਰੀ ਵਸਤਾਂ ਦੇ ਲਈ ਹੋਮ ਡਿਲੀਵਰੀ ਹੈ ਜਿਹੜੀ ਉਹ ਚਾਲੂ ਰਹੇਗੀ ਜੰਮੂ ਅਤੇ ਕਸ਼ਮੀਰ ਦੇ ਵਿੱਚ ਜਿਹੜਾ ਕੰਟੇਨਮੈਂਟ ਜ਼ੋਨਾਂ ਦੇ ਵਿੱਚ ਕਰਫਿਊ ਲਾਇਆ ਗਿਆ ਸੀ ਕਰੋਨਾ ਕਰਫਿਊ ਉਸ ਨੂੰ ਹੁਣ ਸਾਰੇ 20 ਜ਼ਿਲ੍ਹਿਆਂ ਦੇ ਵਿੱਚ ਐਕਸਟੈਂਡ ਕਰ ਦਿੱਤਾ ਗਿਆ ਸਾਰੇ 20 ਜ਼ਿਲ੍ਹਿਆਂ ਦੇ ਵਿੱਚ ਹੁਣ ਰਾਤ ਦਾ ਕਰਫਿਊ ਲਾ ਦਿੱਤਾ ਗਿਆ ਜਿਹੜਾ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਲੱਗ ਰਹੇਗਾ ਪਬਲਿਕ ਟਰਾਂਸਪੋਰਟ ਦੇ ਵਿੱਚ 50% ਦੀ ਲੋਕ ਹੀ ਬੈਠ ਕੇ ਸਫ਼ਰ ਕਰ ਸਕਣਗੇ ਬਾਜ਼ਾਰਾਂ ਦੇ ਵਿੱਚ ਵੀ 50% ਦੀ ਦੁਕਾਨਾਂ ਹੀ ਖੁੱਲਣਗੀਆਂ ਤੇ 50% ਦੀ ਦੁਕਾਨਾਂ ਜਦੋਂ ਖੁੱਲ੍ਹਦੀਆਂ ਨੇ ਤਾਂ ਈਵਨ ਆਰਡਰ ਤਰੀਕਾ ਜਿਹੜਾ ਉਹ ਅਪਣਾਇਆ ਜਾਂਦਾ ਯਾਨੀ ਕਿ ਦੁਕਾਨਾਂ ਨੰਬਰ 1 3 5 7 9 11 ਇਹ ਇੱਕ ਦਿਨ ਖੁੱਲਣਗੀਆਂ ਤੇ ਦੂਸਰੀਆਂ ਦੁਕਾਨਾਂ ਨੇ ਜਿਹੜੀਆਂ ਜੋਟੇ ਵਾਲੀਆਂ 2 4 6 8 ਇਹ ਦੂਸਰੇ ਦਿਨ ਖੁੱਲਣਗੀਆਂ ਇਸ ਤਰੀਕੇ ਨਾਲ ਇਹ ਜਿਹੜਾ ਸਿਸਟਮ ਲਾਗੂ ਕੀਤਾ ਜਾਂਦਾ ਹੈ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਕੌਮੀ ਰਾਜਧਾਨੀ ਦਿੱਲੀ ਦੇ ਵਿੱਚ ਕਰੋਨਾ ਮਰੀਜ਼ਾਂ ਨੂੰ ਲੋੜ ਮੁਤਾਬਿਕ ਆਕਸੀਜਨ ਨਹੀਂ ਮਿਲ ਰਹੀ ਇਸ ਕਰਕੇ ਸਨਤ ਨੂੰ ਭੇਜੀ ਜਾਣ ਵਾਲੀ ਆਕਸੀਜਨ ਦੀ ਸਪਲਾਈ ਹਸਪਤਾਲਾਂ ਨੂੰ ਭੇਜੀ ਜਾਵੇ ਜਸਟਿਸ ਵਿਪਨ ਸੰਗੀ ਤੇ ਰੇਖਾ ਪੱਲੀ ਦੇ ਬੈਂਚ ਨੇ ਕਿਹਾ ਕਿ ਇਸ ਵਕਤ ਕਰੋਨਾ ਕਾਰਨ ਮਨੁੱਖੀ ਜ਼ਿੰਦਗੀਆਂ ਖਤਰੇ ਦੇ ਵਿੱਚ ਨੇ ਪਰ ਸਨਤ ਆਕਸੀਜਨ ਦੀ ਸਪਲਾਈ ਬਾਰੇ ਹਾਲੇ ਇੰਤਜ਼ਾਰ ਕਰ ਸਕਦੀ ਹੈ ਪਰ ਮਰੀਜ਼ ਨਹੀਂ ਕਰ ਸਕਦੇ ਬੈਂਚ ਨੇ ਕਿਹਾ ਕਿ ਇਹ ਵੀ ਸੁਣਨ ਵਿੱਚ ਆਇਆ ਕਿ ਗੰਗਾ ਰਾਮ ਹਸਪਤਾਲ ਵਿੱਚ ਡਾਕਟਰ ਕਰੋਨਾ ਮਰੀਜ਼ਾਂ ਨੂੰ ਲੋੜ ਮੁਤਾਬਿਕ ਆਕਸੀਜਨ ਨਹੀਂ ਲਾ ਰਹੇ ਕਿਉਂਕਿ ਇੱਥੇ ਆਕਸੀਜਨ ਦੀ ਕਮੀ ਬਣੀ ਹੋਈ ਹੈ ਇਸ ਕਰਕੇ ਉਹ ਮਜਬੂਰ ਨੇ ਕਿ ਲੂੜੀਂਦੀ ਆਕਸੀਜਨ ਮਰੀਜ਼ਾਂ ਨੂੰ ਨਹੀਂ ਦੇ پا ਰਹੇ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਵੱਲੋਂ 6 ਦਿਨਾਂ ਦੇ ਲੋਕਡਾਊਨ ਦਾ ਜਿਹੜਾ ਐਲਾਨ ਕੀਤਾ ਗਿਆ ਹੈ ਉਸ ਤੋਂ ਬਾਅਦ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਉਹ ਦਿੱਲੀ ਤੋਂ ਆਪਣੇ ਪਿਤਰੀ ਸੂਬਿਆਂ ਵੱਲ ਜਾਣੇ ਸ਼ੁਰੂ ਹੋ ਗਏ ਨੇ ਤੇ ਲੋਕਡਾਊਨ ਦੇ ਐਲਾਨ ਤੋਂ ਬਾਅਦ ਦਿੱਲੀ ਦੇ ਬੱਸ ਅੱਡੇ ਤੇ ਰੇਲਵੇ ਸਟੇਸ਼ਨ ਪ੍ਰਵਾਸੀ ਕਾਮਿਆਂ ਦੇ ਨਾਲ ਭਰ ਗਏ ਨੇ ਕਾਮਿਆਂ ਦੇ ਵਿੱਚ ਡਰ ਵੱਧ ਗਿਆ ਕਿ ਕਿਤੇ ਇਹ ਲੋਕਡਾਊਨ ਲੰਬਾ ਨਾ ਚਲਾ ਜਾਵੇ ਤੇ ਪਿਛਲੇ ਸਾਲ ਵਾਂਗ ਉਹਨਾਂ ਨੂੰ ਫਿਰ ਬਿਨਾਂ ਜਦੋਂ ਰੇਲਾਂ ਵੀ ਬੰਦ ਹੋ ਗਈਆਂ ਸੀ ਬੱਸਾਂ ਵੀ ਬੰਦ ਹੋ ਗਈਆਂ ਸੀ ਆਵਾਜਾਈ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਗਈ ਸੀ ਤਾਂ ਇਹਨਾਂ ਪ੍ਰਵਾਸੀ ਕਾਮਿਆਂ ਨੂੰ ਪੈਦਲ ਤੁਰ ਤੁਰ ਕੇ ਕਈ ਕਈ ਦਿਨਾਂ ਦੇ ਵਿੱਚ ਆਪਣੇ ਪਿਤਰੀ ਸੂਬਿਆਂ ਦੇ ਵਿੱਚ ਜਾਣਾ ਪਿਆ ਸੀ ਤੇ ਉਹ ਹੁਣ ਇਸ ਸਾਲ ਨਹੀਂ ਚਾਹੁੰਦੇ ਕਿ ਉਹਨਾਂ ਨੂੰ ਹਜ਼ਾਰਾਂ ਕਿਲੋਮੀਟਰ ਪੈਦਲ ਤੁਰ ਕੇ ਆਪਣੇ ਘਰਾਂ ਨੂੰ ਜਾਣਾ ਪਵੇ ਇਸ ਕਰਕੇ ਬਸ ਅੱਡਿਆਂ ਤੇ ਅਤੇ ਰੇਲਵੇ ਸਟੇਸ਼ਨਾਂ ਤੇ ਸਾਰੇ ਪਾਸੇ ਪ੍ਰਵਾਸੀ ਕਾਮਿਆਂ ਦੀ ਭੀੜ ਦਿਖਾਈ ਦੇ ਰਹੀ ਹੈ ਤੇ ਇਸੇ ਦਰਮਿਆਨ ਇੱਕ ਘਟਨਾ ਵੀ ਵਾਪਰੀ ਹੈ ਪ੍ਰਵਾਸੀ ਕਾਮਿਆਂ ਦੇ ਵਿੱਚ ਜਿਹੜੀ ਆਪਣੇ ਘਰਾਂ ਨੂੰ ਵਾਪਸ ਜਾਣ ਦੀ ਹਫੜਾ ਦਫੜੀ ਵੱਧ ਗਈ ਹੈ ਉਸ ਕਾਰਨ ਮੱਧ ਪ੍ਰਦੇਸ਼ ਵਿੱਚ ਛਤਰਪੁਰ ਤੇ ਤੀਕਮਗੜ੍ਹ ਨੂੰ ਜਾਣ ਲਈ ਤਿੰਨ ਮਜ਼ਦੂਰ ਬੱਸ ਲੈਣ ਦੀ ਕੋਸ਼ਿਸ਼ ਵਿੱਚ ਆਪਣੀ ਜਾਨ ਗਵਾ ਬੈਠੇ ਤੇ ਨੇ ਮਜ਼ਦੂਰ ਦਿੱਲੀ ਤੋਂ ਆਏ ਸੀ ਇੱਕ ਹਾਦਸਾ ਜਿਹੜਾ ਦਰਦਨਾਕ ਹੈ ਕਿ ਆਪਣੇ ਘਰਾਂ ਨੂੰ ਵਾਪਸ ਜਾਂਦੇ ਪ੍ਰਵਾਸੀ ਮਜ਼ਦੂਰ ਤਿੰਨ ਪ੍ਰਵਾਸੀ ਮਜ਼ਦੂਰ ਆਪਣੀ ਜਾਨ ਗਵਾ ਬੈਠੇ ਨੇ ਹਾਲਾਂਕਿ ਦਿੱਲੀ ਦੇ ਕਈ ਬੱਸ ਅੱਡਿਆਂ ਤੋਂ ਜਈਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਦੋਂ ਲੋਕਡਾਊਨ ਤੋਂ ਬਾਅਦ ਦਿੱਲੀ ਦੇ ਬੱਸ ਅੱਡੇ ਨੇ ਜਿਹੜੇ ਇੱਕ ਦਿਨ ਪਹਿਲਾਂ ਖਾਚਾ ਖੱਚ ਭਰੇ ਹੋਏ ਸੀ ਉਹ 20 ਅਪ੍ਰੈਲ ਨੂੰ ਪੂਰੀ ਤਰ੍ਹਾਂ ਦੇ ਨਾਲ ਖਾਲੀ ਦਿਸੇ, ਸੁੰਨੇ ਦਿਸੇ। ਹਾਲਾਂਕਿ ਜ਼ਿਆਦਾਤਰ ਬੱਸ ਅੜੇ ਤੇ ਰੇਲਵੇ ਸਟੇਸ਼ਨ ਨੇ ਜਿਹੜੇ ਉਹ ਖਾਚਾ-ਖੱਚ ਲਗਾਤਾਰ ਭਰੇ ਹੋਏ ਸੀ। ਦੇਸ਼ ਵਿੱਚ ਕਰੋਨਾ ਦੇ ਮਾਮਲੇ ਵਧਣ ਦੇ ਮੱਦੇਨਜ਼ਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜ ਨੂੰ ਕਿਹਾ ਕਿ ਫੌਜ ਮਰੀਜ਼ਾਂ ਨੂੰ ਵਾਧੂ ਸਹੂਲਤਾਂ ਦੇਣ ਦੇ ਨਾਲ ਸੂਬਿਆਂ ਦੇ ਪ੍ਰਸ਼ਾਸਨ ਨੂੰ ਸਹਿਯੋਗ ਦੇਵੇ। ਰੱਖਿਆ ਮੰਤਰੀ ਨੇ ਫੌਜ ਮੁਖੀ ਐਮਐਸ ਨਰਵਾਣੀ ਦੇ ਨਾਲ ਵੀ ਗੱਲਬਾਤ ਕੀਤੀ। ਫੌਜ ਦੇ ਵੱਲੋਂ ਆਪਣੇ ਸਿਹਤ ਕੇਂਦਰਾਂ ਦੇ ਵਿੱਚ ਆਮ ਲੋਕਾਂ ਦਾ ਇਲਾਜ ਕਰਨ ਬਾਰੇ ਵੀ ਵਿਚਾਰ ਕੀਤਾ ਗਿਆ ਹੈ। ਇਹ ਵੀ ਫੈਸਲਾ ਕਿਤਾ ਗਿਆ ਹੈ ਕਿ ਸੂਬੇ ਦਾ ਸਭ ਤੋਂ ਸੀਨੀਅਰ ਫੌਜੀ ਅਧਿਕਾਰੀ ਉਸ ਸੂਬੇ ਦੇ ਮੁੱਖ ਮੰਤਰੀ ਦੇ ਸੰਪਰਕ ਵਿੱਚ ਰਹੇਗਾ ਤੇ ਪ੍ਰਸ਼ਾਸਨ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰੇਗਾ ਯਾਨੀ ਹੁਣ ਕਰੋਨਾ ਦੇ ਦੂਸਰਾ ਜਿਹੜਾ ਇਹ ਚੱਲੇ ਹੋਈ ਹੈ ਲਹਿਰ ਚੱਲੀ ਹੋਈ ਹੈ ਉਸ ਵਿੱਚ ਇਹ ਜਿਹੜਾ ਦੂਸਰਾ ਸਟ੍ਰੇਨ ਹੈਗਾ ਉਹ ਬਹੁਤ ਤੇਜ਼ੀ ਦੇ ਨਾਲ ਵਧ ਰਿਹਾ ਹੈ ਤਾਂ ਹੁਣ ਫੌਜ ਨੂੰ ਵੀ ਹੁਕਮ ਦੇ ਦਿੱਤੇ ਨੇ ਰੱਖਿਆ ਮੰਤਰੀ ਨੇ ਕਿ ਉਹ ਵੀ ਆਮ ਲੋਕਾਂ ਦੀ ਮਦਦ ਕਰੇ ਕਾਂਗਰਸ ਦੇ ਸੀਨੀਅਰ ਲੀਡਰ ਕਪਿਲ ਸਿਬਲ ਨੇ ਪੱਛਮੀ ਬੰਗਾਲ ਵਿੱਚ ਚੋਣ ਰੈਲੀਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਸਾਧਿਆ ਪ੍ਰਧਾਨ ਮੰਤਰੀ ਮੋਦੀ ਨੂੰ ਸਿਬਲ ਨੇ ਸਵਾਲ ਕੀਤਾ ਹੈ ਕਿ ਜਿੰਨਾ ਜੋਸ਼ ਤੇ ਜਨੂਨ ਉਹ ਚੋਣ ਰੈਲੀਆਂ ਵਿੱਚ ਦਿਖਾ ਰਹੇ ਨੇ ਉਹਨਾਂ ਜੋਸ਼ ਉਹ ਕਰੋਨਾ ਖਿਲਾਫ ਯੁੱਧ ਜਿੱਤਣ ਦੇ ਵਿੱਚ ਕਿਉਂ ਨਹੀਂ ਦਿਖਾ ਰਹੇ ਇਸ ਤੋਂ ਪਹਿਲਾਂ ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਖਿਲਾਫ ਟੀਕਾ ਕਰਨ ਦੀ ਨੀਤੀ ਵਿੱਚ ਪੱਖਪਾਤ ਕਰਨ ਦਾ ਵੀ ਦੋਸ਼ ਲਾਇਆ ਹੈ ਅਗਲੀਆਂ ਖਬਰਾਂ ਦੇ ਵਿੱਚ ਤੁਹਾਨੂੰ ਦੱਸਾਂਗੇ ਬਿਲਕੁਲ ਇਹ ਸਭ ਨੂੰ ਨੰਗੀਆਂ ਅੱਖਾਂ ਦੇ ਨਾਲ ਦਿਖ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮੀ ਬੰਗਾਲ ਦੇ ਵਿੱਚ ਧੜਾ ਧੜ ਚੋਣ ਰੈਲੀਆਂ ਕਰ ਰਹੇ ਨੇ ਹਾਲਾਂਕਿ ਜਦੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਵੱਡੀਆਂ ਰੈਲੀਆਂ ਅਸੀਂ ਰੋਕ ਰਹੇ ਹਾਂ ਉਸ ਤੋਂ ਬਾਅਦ ਭਾਜਪਾ ਨੇ ਵੀ ਕਿਹਾ ਕਿ 500 ਤੋਂ ਵੱਧ ਲੋਕਾਂ ਦਾ ਇਕੱਠ ਅਸੀਂ ਰੈਲੀ ਦੇ ਵਿੱਚ ਨਹੀਂ ਕਰਾਂਗੇ ਪਰ ਕੀ 500 ਜਣਿਆਂ ਦਾ ਇਕੱਠ ਕੋਈ ਘੱਟ ਹੁੰਦਾ ਹੈ ਇਕੱਠ ਤਾਂ 5 ਜਣਿਆਂ ਦਾ ਵੀ ਹੁੰਦਾ ਹੈ ਤੇ ਪ੍ਰਧਾਨ ਮੰਤਰੀ ਲਗਾਤਾਰ ਚੋਣ ਰੈਲੀਆਂ ਕਰ ਰਹੇ ਨੇ ਕਿਉਂਕਿ ਜਿਹੜੇ ਇੱਕ ਇੱਕ ਦੇਸ਼ ਦਾ ਮੁਖੀ ਹੁੰਦਾ ਉਸਨੇ ਐਗਜ਼ਾਮਪਲ ਸੈੱਟ ਕਰਨੀ ਹੁੰਦੀ ਹੈ ਲੋਕਾਂ ਦੇ ਲਈ ਤੇ ਜੇ ਪ੍ਰਧਾਨ ਮੰਤਰੀ ਖੁਦ ਪੀੜਾਂ ਦੇ ਵਿੱਚ ਤੁਰੇ ਫਿਰਦੇ ਨੇ ਤੇ ਲੋਕ ਕਿਵੇਂ ਸਮਝਣਗੇ ਤੇ ਲੋਕ ਇਹ ਵੀ ਸਵਾਲ ਚੁੱਕ ਰਹੇ ਨੇ ਕਿ ਬਾਕੀ ਸਾਰੇ ਸੂਬਿਆਂ ਦੇ ਵਿੱਚ ਕਰੋਨਾ ਦਾ ਕਹਿਰ ਹੈ ਜਿਹੜਾ ਉਹ ਪੂਰਾ ਚਰਮ ਸੀਮਾ ਤੇ ਦਿਖਾਇਆ ਜਾ ਰਿਹਾ ਹੈ ਮੀਡੀਆ ਦੇ ਵੱਲੋਂ ਵੀ ਸਰਕਾਰਾਂ ਦੇ ਵੱਲੋਂ ਵੀ ਪਰ ਜਿੱਥੇ ਵੋਟਾਂ ਪੈ ਰਹੀਆਂ ਨੇ ਜਿਹੜੇ ਸੂਬਿਆਂ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਉਹਨਾਂ ਸੂਬਿਆਂ ਦੇ ਵਿੱਚ ਕਰੋਨਾ ਹੈ ਨਹੀਂ ਜਾਂ ਫਿਰ ਦੱਸਿਆ ਨਹੀਂ ਜਾ ਰਿਹਾ ਕਰੋਨਾ ਦੇ ਬਾਰੇ ਤੇ ਕਰੋਨਾ ਕਾਰਨ ਭਾਤ ਵਿੱਚ ਯੂਜੀਸੀ ਨੈਟ ਦੀ ਪ੍ਰੀਖਿਆ ਵੀ ਮੁਲਤਵੀ ਕਰ ਦਿੱਤੀ ਗਈ ਹੈ ਕੇਂਦਰੀ ਸਿੱਖਿਆ ਮੰਤਰੀ ਡਾਕਟਰ ਰਮੇਸ਼ ਪੋਖਰੀਆਲ ਨਿਸ਼ਾਂਕ ਨੇ ਜਾਣਕਾਰੀ ਦਿੱਤੀ ਹੈ ਕਿ ਮੈਂ ਨੈਸ਼ਨਲ ਟੈਸਟਿੰਗ ਏਜੰਸੀ ਯਾਨੀ ਕਿ ਐਨਟੀਏ ਨੂੰ ਇਹ ਕਿਹਾ ਹੈ ਕਿ ਭਾਰਤ ਦੇ ਵਿੱਚ ਜਿਹੜੀ 2020 ਸਾਈਕਲ ਦਸੰਬਰ 2020 ਵਾਲਾ ਸਾਈਕਲ ਸੀ ਮਈ 2021 ਦੇ ਵਿੱਚ ਜਿਹੜਾ ਪੇਪਰ ਹੋਣਾ ਸੀਗਾ ਇਹ ਕੰਪੀਟੀਸ਼ਨ ਐਗਜ਼ਾਮ ਹੁੰਦਾ ਹੈ ਯੂਜੀਸੀ ਨੈਟ ਕਲੀਅਰ ਕਰਨ ਦਾ 2 ਤੋਂ 17 ਮਈ ਤੱਕ ਹੋਣਾ ਸੀ ਪੂਰੇ ਦੇਸ਼ ਦੇ ਵਿੱਚ 81 ਸਬਜੈਕਟਾਂ ਦਾ ਜਿਹੜਾ ਇਹ ਪੇਪਰ ਸੀਗਾ 2 ਤੋਂ 17 ਮਈ ਤੱਕ ਹੋਣਾ ਸੀ ਸੋ ਹੁਣ ਭਾਰਤ ਦੇ ਵਿੱਚ 2 ਤੋਂ 17 ਮਈ ਤੱਕ ਜਿਹੜਾ UGC NET ਦਾ ਐਗਜ਼ਾਮ ਹੋਣਾ ਸੀ ਉਹ ਵੀ ਪੋਸਟਪੋਨ ਕਰ ਦਿੱਤਾ ਗਿਆ ਹੈ ਨਹੀਂ ਹੋਵੇਗਾ ਪੰਜਾਬ ਦੇ ਵਿੱਚ 2 ਮਈ ਨੂੰ ਪਟਵਾਰੀ ਤੇ ਜ਼ਿਲੇਦਾਰ ਦੀਆਂ ਅਸਾਮੀਆਂ ਦੇ ਲਈ ਪ੍ਰੀਖਿਆ ਹੋਣੀ ਸੀ ਉਹ ਵੀ ਮੁਲਤਵੀ ਕਰ ਦਿੱਤੀ ਹੈ ਪੰਜਾਬ ਸਰਕਾਰ ਨੇ ਹੋਰ ਖਬਰਾਂ ਤੇ ਨਜ਼ਰ ਪਾ ਲਈਏ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਹਿਬਲ ਕਲਾਂ ਗੋਲੀ ਕਾਂਡ ਦੇ ਵਿੱਚ ਜਾਂਚ ਕਰ ਰਹੇ ਆਈਜੀ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਅਸਤੀਫਾ ਮਨਜ਼ੂਰ ਕਰ ਲਿਆ। ਹਾਲਾਂਕਿ ਕੈਪਟਨ ਨੇ ਆਈਜੀ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਮਨਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਜਿਵੇਂ ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਕੁਮਰ ਵਿਜੇ ਪ੍ਰਤਾਪ ਨੇ ਕਿਹਾ ਸੀ ਕਿ ਕੈਪਟਨ ਨੇ ਮੈਨੂੰ ਦੋ ਵਾਰੀ ਮਿਲਣ ਦੇ ਲਈ ਬੁਲਾਇਆ ਹੈ ਉਹ ਮੈਨੂੰ ਮਨਾਉਣਾ ਚਾਹੁੰਦੇ ਸੀ ਪਰ ਮੈਂ ਉਹਨਾਂ ਨੂੰ ਮਨਾ ਕੇ ਆ ਗਿਆ ਯਾਨੀ ਕਿ ਕੈਪਟਨ ਸਾਹਿਬ ਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮੰਨ ਲਿਆ ਹੈ ਅੜੇ ਰਹੇ ਆਪਣੇ ਅਸਤੀਫੇ ਤੇ ਹੁਣ ਆਖਿਰਕਾਰ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ ਤੇ ਸਬੰਧਤ ਵਿਭਾਗ ਨੂੰ ਕਹਿ ਦਿੱਤਾ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਕਿ ਜਿਹੜੀ ਉਹਨਾਂ ਨੇ ਪ੍ਰੀ ਮੈਚਿਓਰ ਰਿਟਾਇਰਮੈਂਟ ਜਿਹੜੀ ਉਹਨਾਂ ਨੂੰ ਚਾਹੀਦੀ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਉਹ ਪ੍ਰਸੀਡ ਕੀਤੀ ਜਾਵੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਨੌਕਰੀ ਤੋਂ ਬਾਅਦ ਵੀ ਮੈਂ ਪੰਜਾਬ ਸਰਕਾਰ ਨੂੰ ਬੇਅਦਬੀ ਕান্ড ਮਾਮਲੇ ਵਿੱਚ ਆਪਣਾ ਪੂਰਾ ਸਹਿਯੋਗ ਦਿੰਦਾ ਰਹਾਂਗਾ ਇੱਕ ਬਹੁਤ ਹੀ ਅਹਿਮ ਸੁਣਵਾਈ ਹੋਣੀ ਸੀ 20 ਅਪ੍ਰੈਲ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉਹ ਸੁਣਵਾਈ ਵੀ ਨਹੀਂ ਹੋ ਸਕੀ ਐ ਦਰਅਸਲ ਪੰਜਾਬ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਬਾਬਲ ਕਲਾਂ ਗੋਲੀਕਾਂਡ ਮਾਮਲੇ ਦੀ ਸੁਣਵਾਈ ਮੁਲਤਵੀ ਕਰਨ ਦੀ ਅਪੀਲ ਦਾਖਲ ਕਰ ਦਿੱਤੀ ਕਿ ਹਾਂ ਕਿ ਸਾਡਾ ਵਕੀਲ ਕਰੋਨਾ ਪੋਜ਼ੀਟਿਵ ਹੈ ਇਸ ਕਰਕੇ ਅਸੀਂ ਇਸ ਸੁਣਵਾਈ ਤੇ ਨਹੀਂ ਪਹੁੰਚ ਸਕਦੇ ਬਾਬਲ ਕਲਾਂ ਗੋਲੀਕਾਂਡ ਦਾ ਜਿਹੜਾ ਕੇਸ ਲੜ ਰਹੇ ਵਕੀਲ ਸਿਧਾਰਥ ਮਲਹੋਤਰਾ ਦੀ ਕਰੋਨਾ ਰਿਪੋਰਟ ਪੋਜ਼ੀਟਿਵ ਹੋਣ ਦਾ ਹਵਾਲਾ ਪੰਜਾਬ ਸਰਕਾਰ ਨੇ ਦਿੱਤਾ ਅਤੇ ਕਿਹਾ ਕਿ ਵਕੀਲਾਂ ਦੀ ਟੀਮ ਚੋਂ ਦੋ ਜਣਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ ਇਸ ਕਰਕੇ ਇਸ ਮਾਮਲੇ ਦੀ ਸੁਣਵਾਈ ਨਹੀਂ ਹੋ ਸਕੀ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਣੀ ਸੀ ਜਸਟਿਸ ਅਲਕਾ ਸ਼ਰੀਨ ਨੇ ਮਾਮਲੇ ਦੀ ਸੁਣਵਾਈ 20 April ਤੇ ਪਾਈ ਸੀ ਪਰ ਇਹ ਸੁਣਵਾਈ ਨਹੀਂ ਹੋ ਸਕੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੋਟਕਪੂਰਾ ਫਾਇਰਿੰਗ ਕੇਸ ਦੇ ਗਵਾਹ ਅਜੀਤ ਸਿੰਘ ਨੂੰ ਮੈਂ ਕਦੇ ਨਹੀਂ ਮਿਲਿਆ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਇਹ ਝੂਠਾ ਦਾਵਾ ਕੀਤਾ ਹੈ ਕਿ ਮੈਂ ਗਵਾਹ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵਿੱਚ ਨੌਕਰੀ ਦੇਣ ਵਾਦਾ ਕਰਕੇ ਉਸ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਇਸ ਕਰਕੇ ਹੁਣ ਜੋ ਝੂਠ ਬੋਲਿਆ ਹੈ ਆਈਜੀ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਉਸ ਦੇ ਕਾਰਨ ਮੈਂ ਆਈਜੀ ਖਿਲਾਫ ਮਾਨ ਹਾਨੀ ਦਾ ਦਾਵਾ ਕਰਾਂਗਾ ਸੁਬੀਰ ਬਾਦਲ ਨੇ ਕਿਹਾ ਕਿ ਸਪਸ਼ਟ ਹੈ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਅਕਾਲੀ ਦਲ ਤੇ ਬਾਦਲ ਪਰਵਾਰ ਨੂੰ ਨਿਸ਼ਾਨਾ ਬਣਾਉਣ ਦਾ ਖੁਮਾਰ ਚੜਿਆ ਹੋਇਆ ਸੀ ਇਸੇ ਮਕਸਦ ਦੇ ਲਈ ਉਸਨੇ ਦੂਸ਼ਣਬਾਜ਼ੀ ਦਾ ਪੱਤਰ ਸੂਬੇ ਦੇ ਡੀਜੀਪੀ ਨੂੰ ਭੇਜ ਕੇ ਝੂਠੇ ਦੋਸ਼ ਲਾਏ ਨੇ ਆਜ ਜੀ ਨੂੰ ਪਹਿਲਾਂ ਹੀ ਹਾਈ ਕੋਰਟ ਵਿੱਚ ਚੱਲ ਰਹੇ ਕੋਟਪੂਰਾ ਫਾਇਰਿੰਗ ਕੇਸ ਦੀ ਕਾਰਵਾਈ ਤੋਂ ਪਤਾ ਸੀ ਕਿ ਉਸ ਦੀ ਜਾਂਚ ਰੱਦ ਕੀਤੀ ਜਾਵੇਗੀ ਤੇ ਤਾਜ਼ਾ ਦੂਸ਼ਣਬਾਜ਼ੀ ਅਸਲ ਵਿੱਚ ਉਸ ਦੀ ਭਾਰੀ ਨਮੋਸ਼ੀ ਦਾ ਨਤੀਜਾ ਹੈ ਜਿਸ ਦਾ ਮਕਸਦ ਕਾਂਗਰਸ ਪਾਰਟੀ ਦੇ ਸਿਆਸੀ ਏਜੰਡੇ ਤੇ 3 ਸਾਲ ਚੱਲਣ ਮਗਰੋਂ ਕੇਸ ਦਾ ਸਿਆਸੀਕਰਨ ਕਰਨਾ ਹੈ ਸੁਖਬੀਰ ਨੇ ਕਿਹਾ ਕਿ ਆਈਜੀ ਨੇ ਕਾਂਗਰਸ ਸਰਕਾਰ ਦੇ ਇਸ਼ਾਰੇ ਤੇ ਅਕਾਲੀ ਦਲ ਤੇ ਸੀਨੀਅਰ ਲੀਡਰਸ਼ਿਪ ਨੂੰ ਕੇਸ ਵਿੱਚ ਫਸਾਉਣ ਦਾ ਯਤਨ ਕੀਤਾ ਪਰ ਉਹ ਅਸਫਲ ਰਿਹਾ ਸੁਖਬੀਰ ਬਾਦਲ ਨੇ ਵੀ ਕਿਹਾ ਕਿ ਹਾਲਾਂਕਿ ਇਸ ਮਾਸਲੇ ਦੇ ਵਿੱਚ ਅਜੀਤ ਸਿੰਘ ਨੇ ਖੁਦ ਵੀ ਸਪਸ਼ਟ ਕਰ ਦਿੱਤਾ ਕਿ ਉਸਨੇ ਕਦੇ ਵੀ ਕਿਸੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਨੌਕਰੀ ਦਿਵਾਉਣ ਵਾਸਤੇ ਪਹੁੰਚ ਨਹੀਂ ਕੀਤੀ ਤੇ ਉਸਨੇ ਆਪ ਨੌਕਰੀ ਵਾਸਤੇ ਸਿੱਖ ਸੰਸਥਾ ਕੋਲ ਪਹੁੰਚ ਕੀਤੀ ਸੀ ਗਵਾਹ ਨੇ ਇਹ ਵੀ ਦੱਸਿਆ ਕਿ ਉਸਦੀ ਬੇਨਤੀ ਹਾਲੇ ਪੈਂਡਿੰਗ ਪਈ ਹੈ ਤੇ ਸ਼੍ਰੋਮਣੀ ਕਮੇਟੀ ਨੇ ਉਸ ਨੂੰ ਨੌਕਰੀ ਦੀ ਕੋਈ ਪੇਸ਼ਕਸ਼ ਹੀ ਨਹੀਂ ਕੀਤੀ ਸ਼੍ਰੀ ਗੁਰਗ੍ਰਾਮ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿੱਚ ਸਫਾਈ ਦੇਣ ਦੇ ਲਈ ਡੇਰਾ ਸਿਰਸਾ ਦੀ ਟੀਮ ਚੰਡੀਗੜ੍ਹ ਪਹੁੰਚੀ ਜਿੱਥੇ মিডিਆ ਨਾਲ ਗੱਲ ਕਰਦਿਆਂ ਟੀਮ ਨੇ ਮੰਗ ਕੀਤੀ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਦੋਸ਼ੀਆਂ ਪਰਦੀਪ ਕਲੇਰ ਹਰਸ਼ਤੂਰੀ ਸੰਦੀਪ ਬਰੇਟਾ ਤੇ ਰਾਕੇਸ਼ ਦਿੜਬਾ ਦੀ ਪੂਰੀ ਜਾਣਕਾਰੀ ਉਹਨਾਂ ਦੀਆਂ ਤਸਵੀਰਾਂ ਉਹਨਾਂ ਦੇ ਭਾਰਤ ਵਿੱਚ ਹੋਣ ਦੇ ਸਬੂਤ ਉਹਨਾਂ ਨਾਲ ਮਿਲੇ ਅਧਿਕਾਰੀਆਂ ਦੀ ਜਾਣਕਾਰੀ ਦੇਸ਼ ਅਤੇ ਸਿੱਖ ਸੰਗਤ ਦੇ ਸਾਹਮਣੇ ਰੱਖੀ ਜਾਵੇ ਅਤੇ ਨਿਰਪੱਖ ਜਾਂਚ ਕੀਤੀ ਜਾਵੇ ਡੇਰਾ ਪ੍ਰੇਮੀਆ ਨੇ ਦਾਅਵੇ ਕੀਤੇ ਕਿ ਇਸ ਮਾਮਲੇ ਵਿੱਚ ਲੁਣਿੰਦੇ ਦੋਸ਼ੀ ਪ੍ਰਦੀਪ ਕਲੇਰ ਹਰਸ਼ਤੂਰੀ ਤੇ ਰਾਕੇਸ਼ ਦਿੜਬਾ ਇੱਥੇ ਹੀ ਮੌਜੂਦ ਹਨ ਤੇ ਉਹਨਾਂ ਕੋਲ ਇਹਨਾਂ ਦੀਆਂ ਵੀਡੀਓਜ਼ ਵੀ ਨੇ ਡੇਰਾ ਪ੍ਰੇਮੀਆ ਨੇ ਕਿਹਾ ਕਿ ਬਰਗਾੜੀ ਵਿੱਚ ਹੋਈ ਜਿਹੜੀ ਬੇਅਦਬੀ ਦੀ ਘਟਨਾ ਹੈ ਉਹ ਕੋਰਪਾਪ ਹੈ ਤੇ ਸਾਡੇ ਜਿਹੜੇ ਗੁਰੂ ਹੈਗੇ ਨੇ ਰਾਮ ਰਹੀਮ ਨੂੰ ਆਪਣਾ ਗੁਰੂ ਦੱਸਦੇ ਨੇ ਰਾਮ ਰਹੀਮ ਇਸ ਵਕਤ ਹਰਿਆਣਾ ਦੀ ਜੇਲ੍ਹ ਦੇ ਵਿੱਚ ਬੰਦ ਹੈ ਬਲਾਤਕਾਰ ਤੇ ਕਤਲ ਦੇ ਦੋਸ਼ਾਂ ਦੇ ਵਿੱਚ ਤਾਂ ਡੇਰਾ ਪ੍ਰੇਮੀ ਕਹਿ ਰਹੇ ਨੇ ਕਿ ਸਾਨੂੰ ਦੁੱਖ ਹੈ ਕਿ ਇਸ ਸਾਰੀ ਘਟਨਾ ਦਾ ਦੋਸ਼ ਡੇਰਾ ਸੱਚਾ ਸੌਦਾ ਦੀ ਪਛਾਣ ਰੱਖਣ ਵਾਲੇ ਕੁਝ ਲੋਕਾਂ ਤੇ ਹੈ ਦੋਸ਼ੀਆਂ ਦਾ ਜਾਂਚ ਵਿੱਚ ਸ਼ਾਮਲ ਨਾ ਹੋਣਾ ਤੇ ਅਦਾਲਤ ਤੋਂ ਭੱਜਣਾ ਦੋਸ਼ ਦੀ ਮਜਬੂਤੀ ਹੈ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਦੋਸ਼ੀ ਹੈਗੇ ਨੇ 3 4 ਜਿਹੜੇ ਹੈਗੇ ਨੇ ਉਹ ਸਾਰੇ ਇੱਥੇ ਹੀ ਨੇ ਹਾਲਾਂਕਿ ਹੁਣ ਤੱਕ ਜਾਂਚ ਟੀਮਾਂ ਇਹ ਹੀ ਕਹਿੰਦੀਆਂ ਰਹੀਆਂ ਨੇ ਕਿ ਇਹ ਕਿਤੇ ਅਲੋਪ ਹੋ ਗਏ ਨੇ ਇਹ ਕਿਤੇ ਛੁਪ ਗਏ ਨੇ ਜਿਹਨਾਂ ਨੂੰ ਐਸਆਈਟੀ ਹਾਲੇ ਤੱਕ ਲੱਭ ਨਹੀਂ ਸਕੀ ਇਹ ਵੀ ਖਦਸ਼ਾਜ ਤਾਇਆ ਗਿਆ ਕਿ ਦੇਸ਼ ਤੋਂ ਬਾਹਰ ਭੱਜ ਗਏ ਨੇ ਇਹਨਾਂ ਬਾਰੇ ਕੋਈ ਵੀ ਸੂਚ ਨਹੀਂ ਮਿਲ ਰਹੀ ਉਦੋਂ ਤੋਂ ਲੈ ਕੇ ਯਾਨੀ ਕਿ 6 ਸਾਲਾਂ ਦੇ ਵਿੱਚ ਇਨਾਂ ਦਾ ਨਾਮੋ ਨਿਸ਼ਾਨ ਹੀ ਨਹੀਂ ਪਤਾ ਲੱਗ ਰਿਹਾ ਪੁਲਿਸ ਨੂੰ ਜਦਕੇ ਇਹ ਡੇਰਾ ਪ੍ਰੇਮੀ ਚੰਡੀਗੜ੍ਹ ਪਹੁੰਚੇ ਉਹ ਦਾਵਾ ਕਰ ਰਹੇ ਨੇ ਕਿ ਇੱਥੇ ਹੀ ਹੈਗੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਨੇ ਆਈਸੀਐਮਆਰ ਦੀ ਇੱਕ ਰਿਸਰਚ ਦਾ ਹਵਾਲਾ ਦਿੰਦੇ ਹੋਏ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਤੇ ਝੂਠ ਬੋਲਣ ਦੇ ਦੋਸ਼ ਲਾਏ ਨੇ ਡਾਕਟਰ ਚੀਮਾ ਨੇ ਕਿਹਾ ਕਿ ਆਈਸੀਐਮਆਰ ਦੀ ਖੋਜ ਕਹਿੰਦੀ ਹੈ ਕਿ ਇਸ ਤਰ੍ਹਾਂ ਦੇ ਕੋਈ ਸਬੂਤ ਨਹੀਂ ਹੈਗੇ ਕਿ ਕੋਵਿਡ-19 ਦੀ ਪੁਰਾਣੀ ਲਹਿਰ ਦੇ ਮੁਕਾਬਲੇ ਮੌਜੂਦਾ ਲਹਿਰ ਵਿੱਚ ਨੌਜਵਾਨਾਂ ਨੂੰ ਜ਼ਿਆਦਾ ਖਤਰਾ ਹੈ ਤਾਂ ਫਿਰ ਅਰਵਿੰਦ ਕੇਜਰੀਵਾਲ ਕਿਸ ਅਧਾਰ ਤੇ ਗੁੰਮਰਾ ਟੈਕਸ ਅਦਾ ਕਰਨ ਵਾਲੇ ਲੋਕਾਂ ਦੇ ਕਰੋੜਾਂ ਰੁਪਏ ਖਰਚ ਕਰਕੇ ਕਰੋਨਾ ਪ੍ਰਤੀ ਕਬਰਾਹਟ ਪੈਦਾ ਕਿਉਂ ਕਰ ਰਹੇ ਨੇ ਦਰਅਸਲ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਵਿੱਚ ਕਿਹਾ ਗਿਆ ਕਿ ਇਸ ਤਰ੍ਹਾਂ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਕੋਵਿਡ-19 ਦੀ ਪੁਰਾਣੀ ਲਹਿਰ ਦੇ ਮੁਕਾਬਲੇ ਮੌਜੂਦਾ ਜਿਹੜੀ ਲਹਿਰ ਹੈ ਦੂਜੀ ਲਹਿਰ ਹੈ ਇਸ ਦਾ ਅਸਰ ਨੌਜਵਾਨਾਂ ਤੇ ਬੱਚਿਆਂ ਤੇ ਵਧੇਰੇ ਹੈ ਜਦ ਕਿ ਅਰਵਿੰਦ ਕੇਜਰੀਵਾਲ ਅਜਿਹਾ ਬਾਰ-ਬਾਰ ਲੋਕਾਂ ਨੂੰ ਕਹਿ ਰਹੇ ਨੇ ਬੀਐਸਐਨਐਲ ਜਾਨਕਿ ਭਾਰਤੀ ਸੰਚਾਰ ਨਿਗਮ ਲਿਮਟਿਡ ਦੇ ਵੱਲੋਂ ਇੱਕ ਸਕੀਮ ਜਾਰੀ ਕੀਤੀ ਗਈ ਹੈ ਜਿਸ ਵਿੱਚ ਵਿਅਕਤੀ ਜਿਹੜਾ ਵੈਕਸੀਨ ਲਵਾਏਗਾ ਉਸ ਨੂੰ 60 ਦਿਨ ਦੇ ਲਈ ਮੁਫਤ ਇੰਟਰਨੈਟ ਕਾਲਿੰਗ ਵਾਲਾ SIM ਦਿੱਤਾ ਜਾਏਗਾ ਯਾਨੀ ਕਿ 2 ਮਹੀਨਿਆਂ ਦਾ ਜਿਹੜਾ ਵਿਅਕਤੀ ਵੀ ਟੀਕਾ ਲਵਾਏਗਾ ਇਸ ਮੁਹਿੰਮ ਦੇ ਨਾਲ ਲੋਕ ਬਠਿੰਡਾ ਜ਼ਿਲ੍ਹੇ ਦੇ ਵਿੱਚ ਵੱਡਾ ਫਾਇਦਾ ਜ਼ਰੂਰ ਚੱਕ ਰਹੇ ਨੇ ਬਠਿੰਡਾ ਦੇ ਵਿੱਚ BSNL ਦਾ ਜਿਹੜਾ ਦਫ਼ਤਰ ਹੈ ਉੱਥੇ ਵੱਡੀ ਗਿਣਤੀ ਲੋਕਾਂ ਦੀ ਦੇਖਣ ਨੂੰ ਮਿਲ ਰਹੀ ਹੈ ਇੱਥੇ ਲੋਕ ਟੀਕਾ ਵੀ ਲਗਵਾ ਰਹੇ ਨੇ ਤੇ 60 ਦਿਨਾਂ ਦੇ ਲਈ ਇੰਟਰਨੈਟ ਅਤੇ ਕਾਲਿੰਗ ਵਾਲਾ ਮੁਫਤ ਜਿਹੜਾ SIM ਹੈ ਉਹ ਵੀ ਲੈ ਰਹੇ ਨੇ ਬਠਿੰਡਾ ਤੋਂ ਹੀ ਅਗਲੀ ਖਬਰ ਹੈ ਜਿੱਥੇ ਬਠਿੰਡਾ ਏਮਸ ਨੇ ਇਹ ਫੈਸਲਾ ਲਿਆ ਹੈ ਕਰੋਨਾ ਦੇ ਵਾਧੇ ਕੇਸਾਂ ਦੇ ਮੱਦੇਨਜ਼ਰ ਕਿ 22 ਅਪ੍ਰੈਲ ਤੋਂ OPD ਸੇਵਾ ਬੰਦ ਕਰ ਦਿੱਤੀ ਜਾਏਗੀ ਯਾਨੀ ਕਿ ਆਮ ਜਿਹੜੇ ਮਰੀਜ਼ ਨੇ ਆਮ ਲੋਕ ਉਹ OPD ਦੀ ਸੇਵਾ ਨਹੀਂ ਲੈ ਸਕਣਗੇ AIMS ਬਠਿੰਡਾ ਪਹਿਲਾਂ ਹੀ ਟੈਲੀਮੈਡੀਸਿਨ ਸੇਵਾਵਾਂ ਚਲਾ ਰਿਹਾ ਹੈ ਜੋ ਲੋਕਾਂ ਲਈ ਜਾਰੀ ਰਹਿਣਗੀਆਂ ਅੰਮ੍ਰਿਤਸਰ ਦੇ ਇੰਟਰਨੈਸ਼ਨਲ ਗੁਰੂ ਰਾਮਦਾਸ ਹਵਾਈ ਅੱਡੇ ਤੋਂ ਖਬਰ ਹੈ ਜਿੱਥੇ ਵਿਦਿਆਰਥੀਆਂ ਦੇ ਮਾਪਿਆਂ ਦੇ ਵੱਲੋਂ ਹਵਾਈ ਅੱਡਾ ਪ੍ਰਬੰਧਕਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਕਈ ਯਾਤਰੀ ਵਿਦੇਸ਼ ਜਾਣ ਤੋਂ ਰਹਿ ਗਏ ਨੇ ਜਿਸ ਕਾਰਨ ਯਾਤਰੀਆਂ ਤੇ ਉਹਨਾਂ ਦੇ ਵਾਰਸਾਂ ਦੇ ਵੱਲੋਂ ਸਥਾਨ ਖਵਾਈ ਅੱਡੇ ਦੇ ਵਿੱਚ ਸਬੰਧਿਤ ਹਵਾਈ ਕੰਪਨੀ ਹਵਾਈ ਅੱਡਾ ਪ੍ਰਬੰਧਕਾਂ ਤੇ ਸੁਰੱਖਿਆ ਕਰਮਚਾਰੀਆਂ ਦੇ ਖਿਲਾਫ ਨਾਰੇਬਾਜ਼ੀ ਕੀਤੀ ਸੰਗਰੂਰ ਤੋਂ ਆਏ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਦੋਤੀ ਤੇ ਇੱਕ ਮਿੱਤਰ ਦੀ ਕੁੜੀ ਨੂੰ ਸਟੱਡੀ ਵੀਜ਼ਾ ਤੇ ਕੈਨੇਡਾ ਭੇਜਣ ਵਾਸਤੇ ਕੱਲ ਇੱਥੇ ਪਹੁੰਚੇ ਸੀ ਦੋਵਾਂ ਕੁੜੀਆਂ ਨੇ ਸਪਾਈਸ ਜੈਟ ਕੰਪਨੀ ਦੇ ਰਾਹੀਂ ਕੈਨੇਡਾ ਜਾਣਾ ਸੀ ਕੰਪਨੀ ਦੀ ਫਲਾਈਟ ਦੇ ਰਾਹੀਂ ਕੈਨੇਡਾ ਜਾਣਾ ਸੀ ਦੋਵਾਂ ਕੁੜੀਆਂ ਨੂੰ ਦਸਤਾਵੇਜ਼ੀ ਤੇ ਸੁਰੱਖਿਆ ਜਾਂਚ ਲਈ ਸ਼ਾਮ ਨੂੰ ਅੰਦਰ ਭੇਜ ਦਿੱਤਾ ਗਿਆ ਤੇ ਦੇਰ ਰਾਤ ਨੂੰ ਇਹ ਉਡਾਣ ਕੈਨੇਡਾ ਨੂੰ ਰਵਾਨਾ ਹੋਣੀ ਸੀ ਪਰ ਲਗਭਗ ਰਾਤ 1 ਵਜੇ ਉਹਨਾਂ ਨੂੰ ਪਤਾ ਲੱਗਿਆ ਕਿ ਇੱਕ ਬੱਚੀ ਕੈਨੇਡਾ ਰਵਾਨਾ ਕਰ ਦਿੱਤੀ ਗਈ ਹੈ ਇੱਕ ਰਹਿ ਗਈ ਹੈ ਜੋ ਕੈਨੇਡਾ ਗਈ ਹੈ ਉਸ ਨੂੰ ਵੀ ਦੁਬਈ ਦੇ ਇੱਕ ਹਵਾਈ ਅੱਡੇ ਤੇ ਉਤਾਰ ਦਿੱਤਾ ਗਿਆ ਤੇ ਉੱਥੇ ਪਰੇਸ਼ਾਨ ਹੋ ਰਹੀ ਹੈ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਉਡਾਣ ਸਿੱਧੀ ਕੈਨੇਡਾ ਵਾਸਤੇ ਹੈ ਫਿਰ ਇਹ ਉਡਾਣ ਦੁਬਈ ਕਿਵੇਂ ਚਲੀ ਗਈ ਜੇ ਦੁਬਈ ਚਲੀ ਵੀ ਗਈ ਤੇ ਉੱਥੇ ਉਤਰ ਕਿਵੇਂ ਗਈ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਯਾਤਰੂਆਂ ਤੇ ਉਹਨਾਂ ਦੇ ਵਾਰਸਾਂ ਦੀ ਗੱਲ ਸੁਣੀ ਤੇ ਹਵਾਈ ਅੱਡਾ ਪ੍ਰਬੰਧਕਾਂ ਦੇ ਨਾਲ ਗੱਲਬਾਤ ਕੀਤੀ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਗਲਤ ਹਵਾਈ ਟਿਕਟਾਂ ਦੇਣ ਵਾਲੇ ਏਜੰਟਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਸੋ ਕਰੋਨਾ ਦੇ ਦੌਰ ਦੇ ਵਿੱਚ ਪਹਿਲਾਂ ਵੀ ਅਜਿਹਾ ਹੋਇਆ ਸੀ ਜਦੋਂ ਪਹਿਲੀ ਵਾਰੀ ਮਹਾਮਾਰੀ ਆਈ ਸੀ ਤਾਂ ਦੁਨੀਆ ਭਰ ਦੇ ਵਿੱਚ ਲਾਕਡਾਊਨ ਲਾ ਦਿੱਤਾ ਗਿਆ ਸੀ ਯਾਤਰਾ ਰੋਕ ਦਿੱਤੀ ਗਈ ਸੀ ਤੇ ਬਹੁਤ ਸਾਰੇ ਯਾਤਰੀ ਨੇ ਜਿਹੜੇ ਉਹ ਵੱਖ-ਵੱਖ ਮੁਲਕਾਂ ਦੇ ਵਿੱਚ ਫਸ ਗਏ ਸੀ ਯਾਨੀ ਕਿ ਜੇ ਕਿਸੇ ਨੇ ਕੈਨੇਡਾ ਤੋਂ ਇੰਡੀਆ ਆਉਣਾ ਹੈ ਤੇ ਚਾਈਨਾ ਦੇ ਵਿੱਚੋਂ ਦੀ ਆਉਣਾ ਤਾਂ ਚਾਈਨਾ ਨੇ ਇੱਕਦਮ ਲਾਕਡਾਊਨ ਲਾ ਦਿੱਤਾ ਤੇ ਬਾਕੀ ਮੁਲਕਾਂ ਨੇ ਚਾਇਨਾ ਤੋਂ ਆਉਂਦੀਆਂ ਸਵਾਰੀਆਂ ਨੂੰ ਆਪਣੇ ਮੁਲਕਾਂ ਦੇ ਵਿੱਚ ਐਂਟਰ ਕਰਨ ਤੋਂ ਇਨਕਾਰ ਕਰ ਦਿੱਤਾ ਇਸ ਦਰਮਿਆਨ ਜਿਹੜੇ ਲੋਕ ਸੀ ਉਹ ਚਾਇਨਾ ਦੇ ਵਿੱਚ ਹੀ ਫਸ ਕੇ ਰਹਿ ਗਏ ਸੀ ਤੇ ਕਈ ਕਿ ਮਹੀਨਿਆਂ ਤੱਕ ਬਹੁਤ ਸਾਰੇ ਲੋਕ ਫਸੇ ਰਹੇ ਸੀ ਸੋ ਇਹਨਾਂ پابੰਦੀਆਂ ਤੋਂ ਇਹੋ ਜਿਹੇ ਹਾਲਾਤਾਂ ਤੋਂ ਮੁੜ ਤੋਂ ਲੋਕ ਘਬਰਾ ਰਹੇ ਨੇ ਡਰ ਰਹੇ ਨੇ ਇਸ ਕਰਕੇ ਸਲਾਹ ਤਾਂ ਇਹੀ ਬਣਦੀ ਹੈ ਕਿ ਜਿਹੜਾ ਵੀ ਇਨਸਾਨ ਜਿੱਥੇ ਬੈਠਾ ਹੈ ਹੁਣ ਉੱਥੇ ਹੀ ਬੈਠਾ ਰਹੇ ਹੁਣ ਜਿਹੜੀਆਂ ਪਾਬੰਦੀਆਂ ਨੇ ਉਹ ਵਧਾਉਣ ਗਿਆ ਸਰਕਾਰਾਂ ਸਰਕਾਰਾਂ ਨੂੰ ਚਾਹੇ ਤੁਸੀਂ ਜਿੰਨਾ ਮਰਜ਼ੀ ਕਰੀ ਜਾਓ ਸਲਾਹਾਂ ਦੇਈ ਜਾਓ ਚਾਹੇ ਉਹਨਾਂ ਨੂੰ ਭੰਡੀ ਜਾਓ ਪਰ ਸਰਕਾਰਾਂ ਨੇ ਉਹੀ ਕਰਨਾ ਹੈ ਜੋ ਕਰਨਾ ਹੁੰਦਾ ਸੋ ਤੁਸੀਂ ਆਪਣਾ ਧਿਆਨ ਆਪਣੀ ਯਾਤਰਾ ਦਾ ਧਿਆਨ ਆਪ ਹੀ ਰੱਖੋ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਤਰੱਕੀ ਵਾਸਤੇ ਅਧਿਆਪਕਾਂ ਤੇ ਗੈਰ ਅਧਿਆਪਨ ਕਰਮਚਾਰੀਆਂ ਨੂੰ ਆਪਣੇ ਦਸਤਾਵੇਜ਼ ਅਪਲੋਡ ਕਰਨ ਲਈ ਹੋਰ ਸਮਾਂ ਦੇ ਦਿੱਤਾ ਹੈ ਤੇ ਹੁਣ ਪ੍ਰਾਇਮਰੀ ਕਾਡਰ ਦੇ ਅਧਿਆਪਕ ਅਤੇ ਗੈਰ ਅਧਿਆਪਨ ਕਰਮਚਾਰੀ ਕਲਰਕ ਜੂਨੀਅਰ ਸਹਾਇਕ ਸਟੈਨੋਟਾਈਪਿਸਟ ਜੂਨੀਅਰ ਸਕੇਲ ਸਟੈਨੋਗ੍ਰਾਫਰ ਲਾਇਬ੍ਰੇਰੀਅਨ ਸਹਾਇਕ ਲਾਇਬ੍ਰੇਰੀਅਨ ਲਾਇਬ੍ਰੇਰੀ ਰੀਸਟੋਰਰ ਤੇ ਸੀਨੀਅਰ ਲਾਇਬ੍ਰੇਰੀ ਅਟੈਂਡੈਂਟ ਇਹਨਾਂ ਦੀ ਤਰੱਕੀ ਦੇ ਲਈ ਜਿਹੜੇ ਦਸਤਾਵੇਜ਼ ਦੀ ਤਰੀਕ ਦਿੱਤੀ ਗਈ ਸੀ ਹੁਣ ਉਸ ਨੂੰ ਵਧਾ ਕੇ 22 April ਤੱਕ ਦਾ ਸਮਾਂ ਦੇ ਦਿੱਤਾ ਗਿਆ। ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਰੋਨਾ ਦੇ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਇੱਕ ਬਿਆਨ ਦਿੱਤਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਰੋਨਾ ਕਰਕੇ ਮੌਤਾਂ ਦੀ ਦਰ ਵਧ ਰਹੀ ਵਧ ਗਈ ਹੈ। ਕਰੋਨਾ ਮਹਾਮਾਰੀ ਹੈ। ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਪਰ ਜਦੋਂ ਕਰੋਨਾ ਵੈਕਸੀਨੇਸ਼ਨ ਸ਼ੁਰੂ ਨਹੀਂ ਹੋਈ ਸੀ। ਜਦੋਂ ਸਰਕਾਰ ਨੇ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਸੀ ਤਾਂ ਕੀ ਉਸ ਵਕਤ ਕਰੋਨਾ ਪੂਰੀ ਤਰ੍ਹਾਂ ਖਤਮ ਹੋ ਗਿਆ ਸੀ? ਮੌਤਾਂ ਤਾਂ ਉਦੋਂ ਵੀ ਹੋਈਆਂ ਸੀ। ਪਰ ਅੱਜ ਜਦੋਂ ਵੀ ਕੋਈ ਮੌਤ ਹੁੰਦੀ ਹੈ ਭਾਵੇਂ ਉਹ ਕੈਂਸਰ ਨਾਲ ਹੋਵੇ ਜਾਂ ਦਿਲ ਦਾ ਦੌਰਾ ਪੈਣ ਨਾਲ ਹੋਵੇ ਕਿਸੇ ਵੀ ਕਾਰਨ ਹੋਈ ਮੌਤ ਨੂੰ ਕਰੋਨਾ ਦਾ ਰੂਪ ਦੇ ਦਿੱਤਾ ਜਾਂਦਾ ਹੈ ਜਗੀਰ ਕੌਰ ਨੇ ਕਿਹਾ ਕਿ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਕਰੋਨਾ ਦੀ ਬਿਮਾਰੀ ਖਤਰਨਾਕ ਹੈ ਪਰ ਸਰਕਾਰ ਦਾ ਸੁਚੇਤ ਕਰਨਾ ਤੇ ਸਾਡਾ ਸੁਚੇਤ ਰਹਿਣਾ ਫਰਜ਼ ਹੈ ਸਾਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਪਰ ਸਰਕਾਰ ਜਿੰਨਾ ਸਾਨੂੰ ਇਸ ਬਿਮਾਰੀ ਦੇ ਬਾਰੇ ਡਰਾ ਰਹੀ ਹੈ ਕੁਝ ਲੋਕ ਤਾਂ ਉਸ ਡਰ ਦੇ ਨਾਲ ਹੀ ਬਿਮਾਰ ਹੋ ਜਾਂਦੇ ਨੇ ਤੇ ਇਹ ਡਰ ਇਨਸਾਨ ਦੀ ਇੱਛਾ ਸ਼ਕਤੀ ਨੂੰ ਘਟਾ ਦਿੰਦਾ ਮੈਂ ਵੀ ਆਪਣੇ ਮੁਲਾਜ਼ਮਾਂ ਨੂੰ ਕਰੋਨਾ ਨਿਯਮਾਂ ਦੀ ਪਾਲਣਾ ਕਰਨ ਲਈ ਕਹਿੰਦੀ ਹਾਂ ਪਰ ਸਰਕਾਰ ਨੂੰ ਸਿਰਫ ਲੋਕਾਂ ਨੂੰ ਸੁਚੇਤ ਕਰਨਾ ਚਾਹੀਦਾ ਹੈ ਨਾ ਕਿ ਉਹਨਾਂ ਨੂੰ ਡਰਾਉਣਾ ਚਾਹੀਦਾ ਹੈ ਜਗੀਰ ਕੌਰ ਨੇ ਕਿਹਾ ਕਿ ਸਰਕਾਰ ਵੱਲੋਂ ਇੱਕਦਮ ਲਾਕਡਾਊਨ ਲਾਉਣਾ ਗਲਤ ਹੈ ਕਿਉਂਕਿ ਜੋ ਲੋਕ ਆਪਣੇ ਘਰਾਂ ਤੋਂ ਦੂਰ ਵੱਸਦੇ ਨੇ ਉਹ ਇੱਕਦਮ ਰਾਤ ਤੋਂ ਰਾਤ ਆਪਣੀਆਂ ਗੱਡੀਆਂ ਭਜਾ ਕੇ ਜਾਂ ਫਿਰ ਹੋਰ ਵਾਹਨਾ ਰਾਹੀਂ ਆਪਣੇ ਘਰਾਂ ਨੂੰ ਭੱਜਦੇ ਨੇ ਕਿਸੇ ਦਾ ਐਕਸੀਡੈਂਟ ਵੀ ਹੋ ਸਕਦਾ ਹੈ ਇਹ ਚੀਜ਼ਾਂ ਸਾਨੂੰ ਦਹਿਸ਼ਤ ਵਿੱਚ ਪਾਉਂਦੀਆਂ ਨੇ ਜਦੋਂ ਸਰਕਾਰ ਸਾਨੂੰ ਇੱਕਦਮ ਹੁਕਮ ਸੁਣਾ ਦਿੰਦੀ ਹੈ ਕਿ ਸਾਰਾ ਕੁਝ ਬੰਦ ਹੈ ਤਾਂ ਇਸ ਨਾਲ ਕਾਰੋਬਾਰਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ ਬੀਬੀ ਜਗੀਰ ਕੌਰ ਨੇ ਕਿਹਾ ਕਿ ਗੁਰੂ ਘਰਾਂ ਨਾ ਤਾਂ ਬੰਦ ਹੋਏ ਸੀ ਨਾ ਹੀ ਹੋਣਗੇ ਨਾ ਹੀ ਸਰਕਾਰ ਦੇ ਵੱਲੋਂ ਸਾਨੂੰ ਧਾਰਮਿਕ ਸਥਾਨ ਬੰਦ ਕਰਨ ਸੰਬੰਧੀ ਕੋਈ ਹੁਕਮ ਆਇਆ ਪਰ ਫਿਰ ਵੀ ਆਪਣੇ ਆਪ ਹੀ ਸੰਗਤ ਦੀ ਆਮਦ ਦੇ ਵਿੱਚ ਫਰਕ ਪੈ ਜਾਂਦਾ ਸੋ ਬੀਬੀ ਜਗੀਰ ਕੌਰ ਨੇ ਜੋ ਗੱਲਾਂ ਕਈਆਂ ਨੇ ਬਿਲਕੁਲ ਜਿਹਾ ਹੀ ਵਾਪਰਦਾ ਹੈ ਬਿਮਾਰੀ ਦੇ ਨਾਮ ਦੇ ਉੱਤੇ ਲੋਕਾਂ ਨੂੰ ਡਰਾਇਆ ਬਹੁਤ ਜਾਂਦਾ ਤੇ ਵੀ ਦੇਖਣ ਦੇ ਵਿੱਚ ਆਇਆ ਹੈ ਡਾਕਟਰ ਵੀ ਕਹਿੰਦੇ ਨੇ ਹਾਲਾਂਕਿ ਖੁੱਲੇ ਤੌਰ ਤੇ ਨਹੀਂ ਕਹਿੰਦੇ ਕਿ ਡਰ ਦੇ ਕਾਰਨ ਲੋਕ ਜ਼ਿਆਦਾ ਬਿਮਾਰ ਹੁੰਦੇ ਨੇ ਤੇ ਕੋਈ ਅੱਜ ਦੀ ਬਣੀ ਹੋਈ ਧਾਰਨਾ ਨਹੀਂ ਹੈ ਪਹਿਲਾਂ ਤੋਂ ਵੀ ਹੈ ਜੇ ਕਿਸੇ ਨੂੰ ਕੋਈ ਵੱਡੀ ਬਿਮਾਰੀ ਲੱਗ ਜਾਵੇ ਤੇ ਉਹ ਡਰ ਦਾ ਮਾਰਿਆ ਹੀ ਕਈ ਵਾਰੀ ਆਪਣੀ ਜਾਨ ਹੈ ਜਿਹੜੀ ਉਹ ਛੱਡ ਜਾਂਦਾ ਹੈ ਕਿਉਂ ਹੁੰਦਾ ਹੈ ਇਹ ਕਿਉਂਕਿ ਕਈ ਵਾਰੀ ਜਿਹੜੇ ਪਰਿਵਾਰ ਵਾਲੇ ਨੇ ਜਾਂ ਫਿਰ ਡਾਕਟਰ ਨੇ ਉਹ ਵੀ ਕਈ ਵਾਰੀ ਆਪਣੇ ਪਰਿਵਾਰ ਦੇ ਮੈਂਬਰ ਨੂੰ ਜੇ ਉਹਨੂੰ ਕੋਈ ਵੱਡੀ ਬਿਮਾਰੀ ਲੱਗ ਜਾਵੇ ਉਹਨੂੰ ਨਹੀਂ ਦੱਸਦੇ ਉਹ ਤੋਂ ਲੁਕੋ ਕੇ ਰੱਖਦੇ ਨੇ ਕਿ ਇਹ ਕਿਤੇ ਡਾਰਕ ਕਰਕੇ ਹੀ ਆਪਣੀ ਜਾਨ ਇੱਥੋਂ ਛੱਡ ਨਾ ਜਾਵੇ ਸੋ ਇਹ ਫੈਕਟ ਹੈ ਅਜਿਹਾ ਨਹੀਂ ਹੋਣਾ ਚਾਹੀਦਾ ਵੀ ਵਿਜਗੀਰ ਕ੍ਰੋਨਿਕ ਹੈ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਨ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਲੋੜਵੰਦਾ ਦੀ ਮਦਦ ਕਰਦੇ ਰਿਹਾ ਕਰੋ ਅਫਵਾਹਾਂ ਤੋਂ ਜ਼ਰੂਰ ਬਚ ਕੇ ਰਹਾ ਕਰੋ ਧੰਨਵਾਦ